ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਇਲਾਹੀ ਚਰਨਾਂ ਵਿੱਚ ਬੜੇ ਪਿਆਰ ਸਤਿਕਾਰ ਸ਼ਰਧਾ ਭਾਵਨਾ ਨਾਲ ਜੁੜ ਬੈਠ ਕੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਕੀਰਤਨ ਆਪਣੇ ਪਿਆਰ ਸਤਿਕਾਰ ਅਦਬ ਸ਼ਰਧਾ ਨਾਲ ਗੁਰੂ ਸਵਾਰਿਆਂ ਪਾਸੋਂ ਸਰਵਨ ਕੀਤਾ ਹੈ। ਗੁਰੂ ਸਾਹਿਬ ਦੀਆਂ ਪਾਵਨ ਅਸੀਸਾਂ ਅਨੁਸਾਰ ਆਪ ਸਾਧ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਓ ਜਿਤਨੇ ਵੀ ਜੁੜ ਕੇ ਬੈਠੇ ਹੋ ਜਾਂ ਜਿੰਨਾ ਵੀ ਸਮਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ
ਬਤੀਤ ਕਰਨ ਦਾ ਸਾਨੂੰ ਸਾਰਿਆਂ ਨੂੰ ਮਿਲਿਆ ਹੈ। ਉਸ ਸਮੇਂ ਨੂੰ ਸਫ਼ਰ ਕਰੀਏ ਜੀ। ਸਭ ਤੋਂ ਪਹਿਲਾਂ ਫਤਿਹ ਹਾਜ਼ਰ ਹੈ ਪ੍ਰਵਾਨ ਕਰੋ, ਗੱਜ ਵੱਜ ਕੇ ਫਤਿਹ ਦਾ ਜੋ ਜੀ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਮੁਤਾਬਕ ਅਕਾਲ ਪੁਰਖ ਨੇ ਸਭ ਤੋਂ ਪਹਿਲਾਂ ਰਾਤਾਂ, ਰੁੱਤਾਂ, ਖਿੱਤਾਂ, ਵਾਰ, ਹਵਾ, ਪਾਣੀ, ਅੱਗ ਆਦਿਕ ਤੱਤ ਪੈਦਾ ਕੀਤੇ ਨੇ। ਉਹਨਾਂ ਤੱਤਾਂ ਦੇ ਵਿੱਚ ਇਨਸਾਨ ਨੂੰ ਧਰਮ ਕਮਾਉਣ ਵਾਸਤੇ ਇੱਕ ਪਲੇਸ਼ ਪਰਮਾਤਮਾ ਨੇ ਧਰਤੀ ਦਿੱਤਾ ਹੈ ਤੇ ਧਰਤੀ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧਰਮਸਾਲ ਦਾ ਨਾਮ ਆਪਣੀ ਇਸ ਪਾਵਨ ਬਾਣੀ ਦੇ ਵਿੱਚ ਦਿੱਤਾ ਹੈ। ਰਾਤੀ, ਰੁੱਤੀ, ਖਿੱਤੀ, ਵਾਰ, ਪਵਨ, ਪਾਣੀ, ਅਗਣੀ, ਪਤਾਲ, ਅੱਗੇ ਕੀ ਕਹਿੰਦੇ ਨੇ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਉਹਦੇ ਵਿੱਚ ਧਰਤੀ ਨੂੰ ਬਣਾ ਕੇ ਫਿਰ ਪਰਮਾਤਮਾ ਨੇ ਥਾਪ ਦਿੱਤਾ ਤੇ ਧਰਤੀ ਨੂੰ ਬਣਾਇਆ ਕਾਹਦੇ ਵਾਸਤੇ, ਧਰਮ ਕਮਾਉਣ ਵਾਸਤੇ। ਧਰਮਸ਼ਾਲ ਧਰਮ ਦਾ ਘਰ ਜਿੱਥੋਂ ਅਸੀਂ ਧਰਮ ਕਮਾ ਸਕਦੇ ਹਾਂ। ਫਿਰ ਉਸ ਧਰਤੀ ਦੇ ਵਿੱਚ ਅਨੇਕਾਂ ਜੁਗਤਾਂ ਦੇ ਰਹਿਣ ਵਾਲੇ ਜੀਵ, ਅਨੇਕਾਂ ਜਾਤਾਂ ਪਾਤਾਂ ਦੇ ਰਹਿਣ ਵਾਲੇ ਜੀਵ, ਅਨੇਕਾਂ ਨਾਵਾਂ ਦੇ ਰਹਿਣ ਵਾਲੇ ਜੀਵ ਪਰਮਾਤਮਾ ਨੇ ਪੈਦਾ ਕੀਤੇ ਨੇ। ਇਹਦਾ ਮਤਲਬ ਇਹ ਨਹੀਂ ਵੀ ਪਰਮਾਤਮਾ ਨੇ ਜਦੋਂ ਜੀਵ ਪੈਦਾ ਕੀਤਾ ਤੇ ਉਹਦੀ ਜਾਤ ਮੱਥੇ ਤੇ ਲਿਖੀ ਹੈ, ਉਹ ਬੰਦੇ ਨੇ ਬਾਅਦ ਵਿੱਚ ਆਪਣੇ ਢੰਗ ਨਾਲ ਬਣਾਈ। ਇੱਥੇ ਰਹਿਣ ਵਾਲੇ ਕਈ ਪ੍ਰਕਾਰ ਦੇ ਜੀਵ ਜੰਤ ਪੈਦਾ ਹੋਏ, ਵੱਖ ਵੱਖ ਰੂਪ ਰੰਗ, ਵੱਖ ਵੱਖ ਭੇਸ ਪਹਿਰਾਵੇ, ਵੱਖ ਵੱਖ ਨਾਮ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਪਰ ਸਤਿਗੁਰੂ ਨੇ ਜਿਹੜੀ ਕਮਾਲ ਕੀਤੀ, ਕਹਿੰਦੇ ਕਰਮੀ ਕਰਮੀ ਹੋਏ ਵਿਚਾਰ, ਸਾਰੇ ਜਿਹੜੇ ਜੀਵ ਨੇ ਉਹਨਾਂ ਸਾਰਿਆਂ ਜੀਵਾਂ ਦਾ ਲੇਖਾ ਜੋਖਾ ਪਰਮਾਤਮਾ ਰੱਖਦਾ ਹੈ। ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਵਿਚਾਰ ਕਰਦੇ ਹਾਂ ਵੀ ਅਸੀਂ ਕੰਪਿਊਟਰ ਯੂਜ ਕਰਦੇ ਹਾਂ ਨਾ, ਉਹਦੀ ਕੋਈ ਵੀ ਫਾਈਲ ਤਿਆਰ ਕਰਦੇ ਹਾਂ, ਬਾਅਦ 'ਚ ਡਿਲੀਟ ਕਰਦੇ ਨੇ। ਡਿਲੀਟ ਕਰਨ ਤੋਂ ਬਾਅਦ ਭਾਵੇਂ ਲੱਖ ਵਾਰੀ ਅਸੀਂ ਭੁੱਲ ਜਾਈਏ ਉਸ ਨੂੰ, ਪਰ ਇੱਦਾਂ ਦੇ ਸੋਫਟਵੇਅਰ ਹੁੰਦੇ ਨੇ ਜਿਹੜੇ ਕੰਪਿਊਟਰ ਦੇ ਰਾਹੀਂ ਉਹਦੀ ਹੀ ਮਦਦ ਦੇ ਨਾਲ ਉਹਦੀਆਂ ਡਿਲੀਟ ਫਾਈਲਾਂ ਨੂੰ ਫਿਰ ਮੂਹਰੇ ਲੈ ਆਉਂਦੇ ਆ, ਫਿਰ ਬੈਕਅਪ ਹੋ ਜਾਂਦੀ ਹੈ। ਤੁਸੀਂ ਕਿਤੇ ਝਾਤ ਮਾਰ ਕੇ ਵੇਖੋ ਵੀ ਇਹ ਕੰਪਿਊਟਰ ਆਦਿਕ ਚੀਜ਼ਾਂ ਤਾਂ ਬੰਦੇ ਨੇ ਪੈਦਾ ਕੀਤੀਆਂ ਨੇ, ਬੰਦੇ ਨੇ ਬਣਾਈਆਂ ਨੇ, ਤੇ ਬੰਦਾ ਕਿਹਨੇ ਪੈਦਾ ਕੀਤਾ ਹੈ? ਰੱਬ ਨੇ। ਬੰਦੇ ਦਾ ਦਿਮਾਗ ਪਰਮਾਤਮਾ ਨੇ ਪੈਦਾ ਕੀਤਾ ਹੈ ਤੇ ਦਿਮਾਗ ਦੇ ਵਿੱਚ ਇੰਨੀ ਸ਼ਕਤੀ ਹੈ, ਇੰਨੀ ਪਾਵਰ ਹੈ। ਮੈਂ ਇੱਕ ਦਿਨ ਇੱਕ ਵਿਦਵਾਨ ਸੱਜਣ ਨੂੰ ਪੜ੍ਹਿਆ ਸੀ, ਸਾਇੰਸਦਾਨ ਨੂੰ, ਉਹਨੇ ਕਿਹਾ ਕਹਿੰਦਾ ਦਿਮਾਗ ਦੀਆਂ ਇੰਨੀਆਂ ਬਰੀਕ ਤੇ ਇੰਨੀਆਂ ਨਾੜਾਂ ਹੈ ਕਿ ਜੇ ਸਾਰੀਆਂ ਨਾੜਾਂ ਇਕੱਠੀਆਂ ਕਰਕੇ ਇੱਕ ਦੂਜੀ ਨਾਲ ਬੰਨ ਲਈਏ ਨਾ ਤੇ ਉਹਨਾਂ ਦੀ ਲੰਬਾਈ ਮਾਪੀਏ ਤੇ ਧਰਤੀ ਤੋਂ ਲੈ ਕੇ ਚੰਦਰਮਾ ਤੱਕ ਪਹੁੰਚ ਜਾਂਦੀ। 2002 ਦੀ ਗੱਲ ਹੈ, ਸਾਡੇ ਸਿੱਖ ਮਿਸ਼ਨਰੀ ਕਾਲਜ ਦੇ ਵਿੱਚ ਇੱਕ ਸੈਂਟੀਫਿਕ ਕੈਂਪ ਲਗਾਇਆ ਬਹੁਤ ਵੱਡਾ, ਉਹਦੇ ਵਿੱਚ ਕਾਫੀ ਵਿਦਵਾਨ ਸੱਜਣ ਬਾਹਰੋਂ ਆਏ, ਸਾਇੰਸਦਾਨ ਆਏ। ਉਹਨਾਂ ਦੀਆਂ ਸਾਰੀਆਂ ਗੱਲਾਂ ਤਾਂ ਮੈਨੂੰ ਯਾਦ ਨਹੀਂ, ਪਰ ਉਹਨਾਂ ਦੀਆਂ ਕੁਛ ਗੱਲਾਂ ਮੈਨੂੰ ਯਾਦ ਨੇ। ਉਹਨੇ ਕਿਹਾ ਕਿ ਜਿਹੜੀ ਦਿਮਾਗ ਦੀਆਂ ਨਾੜਾਂ ਨੇ, ਸ਼ਕਤੀ ਹੈ ਇਹਨਾਂ ਦੇ ਵਿੱਚ, ਇਹ ਨਹੀਂ ਵੀ ਇੱਕ ਇੱਕ ਨਾੜ ਦੋ ਦੋ ਤਿੰਨ ਤਿੰਨ ਕਰੋੜ ਗੱਲਾਂ ਵੀ ਸਟੋਰ ਕਰ ਲੈਂਦੀ ਆਪਣੇ ਵਿੱਚ। ਮੈਂ ਦੁਬਾਰਾ ਆਪਣੇ ਵਿਸ਼ੇ ਵੱਲ ਹੀ ਆ ਜਾਣਾ। ਔਰ ਅੱਜ ਦਿਮਾਗ ਦੀ ਖੋਜ ਦੇ ਨਾਲ ਬੰਦੇ ਨੇ ਦੁਨੀਆ ਦੇ ਵਿੱਚ ਇੱਦਾਂ ਦੀਆਂ ਖੋਜਾਂ ਕੀਤੀਆਂ ਕਿ ਬੰਦਾ ਹੀ ਹੈਰਾਨ ਆ। ਇਹ ਵੀ ਹੋ ਸਕਦਾ, ਅਸੀਂ ਕਈ ਵਾਰ ਕਹਿ ਦਿੰਦੇ ਵੀ ਇਹ ਤਾਂ ਹੋ ਸਕਦਾ, ਇਵੇਂ ਹੋ ਸਕਦਾ, ਪਰ ਹੋ ਸਕਦਾ,
ਹੋ ਰਿਹਾ ਆਉਣ ਵਾਲੇ ਟਾਈਮ ਵਿੱਚ, ਇਹ ਤੋਂ ਜ਼ਿਆਦਾ ਵੀ ਹੋਏਗਾ। ਪਰ ਜਿਸ ਕਰਤੇ ਨੇ, ਜਿਸ ਪਰਮਾਤਮਾ ਨੇ ਬੰਦਾ ਪੈਦਾ ਕੀਤਾ, ਉਹਨੇ ਉਹਦਾ ਕਿੰਨਾ ਕੰਟਰੋਲ ਆਪਣੇ ਕੋਲ ਰੱਖਿਆ ਹੋਵੇਗਾ। ਸਤਿਗੁਰ ਦੀ ਪਾਵਨ ਬਾਣੀ ਪੜ੍ਹ ਲਓ। ਗੁਰਬਾਣੀ ਦੇ ਮੁਤਾਬਕ ਜਪਜੀ ਸਾਹਿਬ ਦਾ ਸਲੋਕ ਅਸੀਂ ਪੜ੍ਹਦੇ ਹਾਂ, ਸਭ ਤੋਂ ਅਖੀਰਲੀਆਂ ਦੋ ਪੰਕਤੀਆਂ ਧਿਆਨ ਨਾਲ ਪੜ੍ਹਿਆ ਕਰੋ। ਜਿਨੀ ਨਾਮ ਧਿਆਇਆ ਗਏ ਮਸ਼ਕਤ, ਨਾਨਕ ਤੇ ਮੁਖ ਉਜਲੇ ਕੇਤੀ। ਇਹ ਇਹਨਾਂ ਨੂੰ ਆਖਿਆ ਜਿਨ੍ਹਾਂ ਨੇ ਕਰਮੀ ਹੋਏ ਵਿਚਾਰ ਦੇ ਨਿਜ਼ਮ ਦੇ ਵਿੱਚੋਂ ਆਪਣੇ ਜੀਵਨ ਨੂੰ ਕੱਢ ਲਿਆ। ਇਸ ਸਲੋਕ ਦੇ ਵਿੱਚ ਹੀ ਸਤਿਗੁਰੂ ਨੇ ਕਿਹਾ, ਕਹਿੰਦੇ ਨੇ ਆਪਣੇ ਕੀਤੇ ਕਰਮਾਂ ਅਨੁਸਾਰ ਅਸੀਂ ਰੱਬ ਦੇ ਨੇੜੇ ਹੁੰਦੇ ਹਾਂ, ਆਪਣੇ ਕੀਤੇ ਕਰਮਾਂ ਦੇ ਅਨੁਸਾਰ ਅਸੀਂ ਰੱਬ ਤੋਂ ਦੂਰ ਚਲੇ ਜਾਂਦੇ ਹਾਂ। ਮੈਂ 2 ਮਿੰਟ ਤੁਹਾਡੇ ਇਸ ਉੱਤੇ ਲੈ ਕੇ ਦੁਬਾਰਾ ਆਪਣੇ ਉਸੇ ਲਾਈਨ ਵੱਲ ਆ ਜਾਣਾ, ਟੌਪਿਕ ਜਿਹੜਾ ਅਸੀਂ ਅੱਜ ਦਾ ਲਿਆ ਹੈ ਵੀ ਧਰਤੀ ਧਰਮਸ਼ਾਲ ਹੈ, ਧਰਮ ਦਾ ਘਰ ਹੈ, ਅਤੇ ਇੱਥੇ ਪੈਦਾ ਹੋਏ ਬੰਦੇ ਨੇ ਤਾਂ ਕਮਾਉਣਾ ਸੀ ਧਰਮ, ਅਤੇ ਬੰਦਾ ਕੀ ਕਮਾ ਰਿਹਾ ਹੈ ਅਸੀਂ ਗੁਰਬਾਣੀ ਅਤੇ ਗੁਰ ਇਤਿਹਾਸ ਵਿੱਚੋਂ, ਸੰਸਾਰ ਦੀਆਂ ਐਗਜ਼ੈਂਪਲਾਂ ਵਿੱਚੋਂ ਵੇਖਾਂਗੇ। ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਦੁਨੀਆਂ ਪੈਦਾ ਕੀਤੀ, ਜਦੋਂ ਉਹਨੇ ਬੰਦਾ ਪੈਦਾ ਕੀਤਾ, ਜਦੋਂ ਉਹਨੇ ਬੰਦੇ ਦੀ ਦਿਮਾਗ ਦੀ ਘਾਟ ਘੜੀ, ਅਤੇ ਇੱਥੇ ਬੰਦੇ ਦੇ ਦਿਮਾਗ ਨੂੰ ਆ ਦੋ ਉਹਨੇ ਝਰੋਖੇ ਲਾਏ, ਜਿਹਨਾਂ ਨੂੰ ਅਸੀਂ ਆਇਸ ਕਹਿੰਦੇ, ਅੱਖਾਂ ਕਹਿੰਦੇ। ਇਹਨਾਂ ਅੱਖਾਂ ਦੇ ਨਾਲ ਬੰਦਾ ਸਾਰੀ ਜ਼ਿੰਦਗੀ ਦੇਖਦਾ ਰਹਿੰਦਾ। ਦੁਨੀਆਂ ਦੇ ਸਿਆਣੇ ਬਜ਼ੁਰਗ ਕਹਿੰਦੇ ਨੇ ਜੇ ਅੱਖਾਂ ਨਹੀਂ ਤਾਂ ਸੰਸਾਰ ਗਿਆ, ਜੇ ਅੱਖਾਂ ਨਹੀਂ ਤਾਂ ਸੰਸਾਰ ਗਿਆ, ਅਤੇ ਜੇ ਅੱਖਾਂ ਹੈ ਤਾਂ ਸੰਸਾਰ ਹੈ, ਸੰਸਾਰ 'ਚ ਬੰਦਾ ਰਸ ਲੈਂਦਾ। ਜੋ ਅਸੀਂ ਕੰਨਾਂ ਤੋਂ ਸੁਣਿਆ, ਜੋ ਅਸੀਂ ਅੱਖਾਂ ਨਾਲ ਵੇਖਿਆ, ਜੋ ਅਸੀਂ ਜ਼ੁਬਾਨ ਨਾਲ ਬੋਲਿਆ, ਜੋ ਅਸੀਂ ਸੋਚਿਆ, ਜਾਂ ਜੋ ਅਸੀਂ ਸੋਚਣ ਦਾ ਯਤਨ ਕਰ ਰਹੇ ਹਾਂ, ਇਹ ਚੇਤ ਰੱਖਿਓ, ਹਰ ਇੱਕ ਨਿੱਕੀ ਨਿੱਕੀ ਚੀਜ਼ ਬੰਦੇ ਦੇ ਅੰਦਰ ਸਟੋਰ ਹੋ ਰਹੀ ਹੈ, ਇਨਸਾਨ ਦੇ ਅੰਦਰ ਜਮ੍ਹਾਂ ਹੋ ਰਹੀ ਹੈ। ਇਹ ਨਹੀਂ ਵੀ ਅਸੀਂ ਸੋਚਿਆ ਅਤੇ ਨਿਕਲ ਗਿਆ, ਬੋਲਿਆ ਅਤੇ ਨਿਕਲ ਗਿਆ, ਕੀਤਾ ਅਤੇ ਨਿਕਲ ਗਿਆ, ਕੁਛ ਨਹੀਂ, ਇਹ ਸਾਰਾ ਕੁਛ ਅੰਦਰ ਰਹਿੰਦਾ, ਅਤੇ ਉਸ ਅੰਦਰ ਬੈਠਾ ਹੋਇਆ ਪਰਮਾਤਮਾ ਇਹ ਸਾਰੇ ਦਾ ਲੇਖਾ ਜੋਖਾ ਨਾਲ ਨਾਲ ਕਰੀ ਜਾ ਰਿਹਾ। ਇਹ ਨਹੀਂ ਹੈ ਵੀ ਤੁਸੀਂ ਇੱਥੇ ਹੁਣ ਪਾਪ ਕਰੋਗੇ ਅਤੇ ਅਗਲੇ ਜਨਮ 'ਚ ਜਾ ਕੇ ਉਹਦਾ ਪੁੰਨ ਜਾਂ ਫਲ ਮਿਲਣਾ, ਨਹੀਂ, ਇੱਥੇ ਹੀ ਸਭ ਕੁਛ ਹੈ। ਜਿਹਨੂੰ ਗੁਰਬਾਣੀ ਵਿੱਚ ਨਰਕ ਸਵਰਗ ਆਖਿਆ ਗਿਆ। ਇੱਕ ਦਿਨ ਮੈਂ ਵਿਚਾਰ ਕੀਤੀ ਸੀ ਵੀ ਚਿੱਤਰ ਗੁਪਤ ਗੁਰਬਾਣੀ 'ਚ ਸ਼ਬਦ ਆਉਂਦਾ ਹੈ, ਔਰ ਬੜੀ ਫੇਮਸ ਪੰਕਤੀ ਜਿਹੜੀ ਅਸੀਂ ਪੜ੍ਹਦੇ ਹਾਂ, ਦੇ ਕਿਵਾੜ ਅਨੇਕ ਪੜਦੇ ਮੈਂ ਪਰਦਾਰਾ ਸੰਗ ਫੱਕ ਹੈ, ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਢੱਕ ਹੈ। ਉਹ ਕੌਣ ਹੈ ਚਿੱਤਰ ਗੁਪਤ? ਸੱਜੇ ਤੇ ਖੱਬੇ ਦੋ ਮੋਢਿਆਂ ਤੇ ਬੈਠੇ ਹੋਏ ਦੋ ਮਹਾਨ ਸ਼ਕਤੀਆਂ ਨਹੀਂ, ਦੋ ਦੇਵਤੇ ਨਹੀਂ, ਉਹ ਚਿੱਤਰ ਗੁਪਤ ਕੀ ਹੈ? ਚਿੱਤਰ ਦਾ ਮਤਲਬ ਹੁੰਦਾ ਤਸਵੀਰ, ਗੁਪਤ ਦਾ ਮਤਲਬ ਹੁੰਦਾ ਜੋ ਦਿਸੇ ਨਾ, ਚਿੱਤਰ ਜੋ ਤਸਵੀਰ ਲੱਗੀ ਹੈ, ਪਰ ਗੁਪਤ ਹੈ ਜਿਹੜੀ ਦਿਸਦੀ ਨਹੀਂ ਹੈ ਸਾਨੂੰ। ਚਿੱਤਰ ਗੁਪਤ ਮਤਲਬ ਸਾਡੇ ਉਹ ਵਿਚਾਰ, ਸਾਡੇ ਉਹ ਸੰਸਕਾਰ ਜਿਹੜੇ ਅਸੀਂ ਕਮਾ ਰਹੇ ਹਾਂ ਲੇਕਿਨ ਸਾਨੂੰ ਨਜ਼ਰ ਨਹੀਂ ਆਉਂਦੇ, ਪਰ ਯਾਦ ਰੱਖਿਓ ਉਹਨਾਂ ਦਾ ਇਫੈਕਟ ਐਟੋਮੈਟਿਕਲੀ ਸਾਡੇ ਜੀਵਨ ਦੇ ਉੱਤੇ ਪੈਂਦਾ। ਅਸੀਂ ਚੰਗਾ ਜਾਂ ਮਾੜਾ ਉਹਨਾਂ ਦੇ ਮੁਤਾਬਕ ਸੋਚਦੇ ਹਾਂ, ਚੰਗਾ ਜਾਂ ਮਾੜਾ ਉਹਨਾਂ ਦੇ ਮੁਤਾਬਕ ਕਰਦੇ ਹਾਂ, ਚੰਗਾ ਜਾਂ ਮਾੜਾ ਉਹਨਾਂ ਦੇ ਮੁਤਾਬਕ ਬੋਲਦੇ ਹਾਂ। ਇਸ ਕਰਕੇ ਸਤਿਗੁਰੂ ਨੇ ਜੀਵਨ ਦੇ ਹਰ ਇੱਕ ਪਾਠ ਦੀ ਵਿਆਖਿਆ ਆਪਣੀ ਪਾਵਨ ਬਾਣੀ ਵਿੱਚ ਕੀਤੀ। ਜੇ ਰਸਨਾ ਦੀ ਗੱਲ ਆਈ ਤੇ ਗੁਰੂ ਅਮਰਦਾਸ ਸਾਹਿਬ ਨੇ ਇਹ ਵੀ ਕਹਿ ਦਿੱਤਾ, ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ। ਜੇ ਕੰਨਾਂ ਦੀ ਗੱਲ ਆਈ, ਇਹ ਸਰਨ ਨੂੰ ਮੇਰੇ ਉਹ ਸਾਚਿਆ ਸੁਣਿਆ ਨੂੰ ਪਠਾਏ। ਜੇ ਅੱਖਾਂ ਦੀ ਗੱਲ ਆਈ, ਅੱਖਾਂ ਨੂੰ ਸਮਝਾਇਆ, ਪੈਰਾਂ ਦੀ ਗੱਲ ਆਈ, ਪੈਰਾਂ ਨੂੰ ਸਮਝਾਇਆ, ਤੇ ਗੁਰੂ ਨੇ ਅਖੀਰ 'ਚ ਜਾ ਕੇ ਕਮਾਲ ਕਰ ਦਿੱਤੀ, ਕਹਿੰਦੇ ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਕਹਿੰਦੇ ਧਰਮ ਕਮਾਉਣਾ ਨਾ, ਤੇ ਧਰਮ ਕਮਾਉਣ ਵਾਸਤੇ ਬਾਹਰ ਤੈਨੂੰ ਕਿਤੇ ਭੱਜਣ ਦੌੜਨ ਦੀ ਜ਼ਰੂਰਤ ਹੀ ਕੋਈ ਨਹੀਂ। ਅਸਲ ਮਾਇਨੇ 'ਚ ਸਰੀਰ ਦੇ ਵਿੱਚੋਂ ਹੀ ਐਸੀਆਂ ਸਿੱਖਿਆਵਾਂ ਮਿਲਦੀਆਂ ਨੇ ਕਿ ਬੰਦਿਆਂ ਤੂੰ ਧਰਮ ਕਮਾ ਸਕਦਾ ਹੈ। ਥੋੜ੍ਹੀ ਜਿਹੀ ਬੇਨਤੀ ਮੈਂ ਤੁਹਾਨੂੰ ਡਿਟੇਲ ਵਿੱਚ ਦੇ ਦੇਵਾਂ, ਕਰ ਦੇਵਾਂ। ਸਰੀਰ ਧਰਮ ਦਾ ਕੀ ਹੈ? ਕਿਉਂਕਿ ਗੱਲ ਆ ਕੀ ਹੈ,
ਉਹ ਤਾਂ ਗਲਤ ਨਹੀਂ ਹੋ ਸਕਦੀ, ਪਰ ਅਸੀਂ ਉਹਨੂੰ ਖੋਲ੍ਹਣਾ। ਇੱਕ ਵਿਦਵਾਨ ਸੱਜੇ ਨੇ ਆਪਣੀ ਇੱਕ ਕਿਤਾਬ ਵਿੱਚ ਲਿਖਿਆ, ਉਹ ਕਹਿੰਦਾ ਬੰਦਾ ਪੂਰੀ ਜ਼ਿੰਦਗੀ ਤੁਰਦਾ ਹੈ, ਉਹਦੇ ਪੈਰ ਉਹਨੂੰ ਚਲਾਉਂਦੇ ਨੇ, ਕਈ ਕਈ ਮੰਜ਼ਲਾਂ ਮਾਰ ਜਾਂਦੇ ਨੇ। ਕਦੇ ਯਾਦ ਰੱਖਿਓ, ਜਦੋਂ ਤੱਕ ਪੈਰ ਚੱਲਦੇ ਰਹਿੰਦੇ ਨੇ ਉਦੋਂ ਤੱਕ ਅੱਖਾਂ ਬੰਦ ਨਹੀਂ ਹੁੰਦੀਆਂ। ਔਰ ਇਹ ਤਾਂ ਨਿੱਕੀ ਜਿਹੀ ਗੱਲ ਅਸੀਂ ਜਾਣਦੇ ਨਹੀਂ ਹਾਂ, ਜਦੋਂ ਤੱਕ ਪੈਰ ਚੱਲਦੇ ਰਹਿੰਦੇ ਨੇ ਉਦੋਂ ਤੱਕ ਅੱਖਾਂ ਬੰਦ ਨਹੀਂ ਹੁੰਦੀਆਂ। ਕੋਈ ਪੁੱਛਦਾ ਅੱਖਾਂ ਨੂੰ ਕਮਲੀਓ ਤੁਸੀਂ ਬੰਦ ਕਿਉਂ ਨਹੀਂ ਹੁੰਦੀਆਂ, ਤੁਸੀਂ ਥੱਕ ਗਈਆਂ, ਸੌਂ ਜਾਓ। ਹੁਣ ਅੱਖਾਂ ਕੀ ਕਹਿੰਦੀਆਂ ਨੇ, ਉਹ ਕਹਿੰਦੀਆਂ ਨਹੀਂ ਅਜੇ ਪੈਰ ਚੱਲ ਰਹੇ ਹੈ, ਇਸ ਕਰਕੇ ਅਸੀਂ ਬੰਦ ਨਹੀਂ ਹੋ ਸਕਦੀਆਂ। ਕਿਉਂ? ਕਿਉਂਕਿ ਜੇ ਅਸੀਂ ਬੰਦ ਹੋ ਗਈਆਂ ਇਹਨੂੰ ਠੇਡਾ ਲੱਗੇਗਾ, ਜ਼ਖਮ ਹੋ ਜਾਏਗਾ, ਨੁਕਸਾਨ ਹੋ ਜਾਏਗਾ। ਇਹਨਾਂ ਨੂੰ ਸੇਫ ਰੱਖਣਾ ਸਾਡੀ ਡਿਊਟੀ ਹੈ। ਪੂਰੀ ਜ਼ਿੰਦਗੀ ਚੱਲਦੀਆਂ ਰਹਿੰਦੀਆਂ ਨੇ, ਖੁੱਲੀਆਂ ਰਹਿੰਦੀਆਂ ਨੇ। ਝਾਤ ਮਾਰੋ ਤੁਸੀਂ ਆਪਣੇ ਕੰਨਾਂ ਦੇ ਵੱਲ ਕਿ ਕੰਨ 20-25 ਸਾਲ ਲੈਕਚਰ ਸੁਣਦੇ ਨੇ ਪ੍ਰੋਫੈਸਰਾਂ ਦੇ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ, ਤੇ ਸਾਰਾ ਮੈਟਰ ਇਕੱਠਾ ਕਰਕੇ ਜ਼ੁਬਾਨ ਨੂੰ ਦਿੰਦੇ ਨੇ ਤੇ ਕਹਿੰਦੇ ਨੇ ਲੈ ਅਸੀਂ ਇੰਨਾ ਕੁਝ ਇਕੱਠਾ ਕੀਤਾ, ਹੁਣ ਤੂੰ ਜਿੰਨਾ ਜੀ ਕਰਦਾ ਉਨਾ ਬੋਲ। ਇਹ ਮੇਰੀ ਫਿਲੋਸਫੀ ਨਹੀਂ, ਗੁਰੂ ਅਮਰਦਾਸ ਸਾਹਿਬ ਦੀ ਹੈ। ਇਹ ਸਰਵਣੋਂ ਮੇਰਿਓ ਸਾਚੈ ਸੁਣੈ ਨੋ ਪਠਾਏ। ਝਾਤ ਮਾਰਿਓ ਪੜਿਓ ਇੱਕ ਇੱਕ ਸ਼ਬਦ ਕੀ ਕਹਿੰਦੇ ਨੇ। ਇਹ ਸਰਵਣੋਂ ਮੇਰਿਓ ਸਾਚੈ ਸੁਣੈ ਨੋ ਪਠਾਏ, ਸਾਚੈ ਸੁਣੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਕੰਨਾਂ ਨੂੰ ਕਹਿੰਦੇ ਨੇ ਜਿੱਤ ਸੁਣੀ ਮਨ ਤਨ ਹਰਿਆ ਹੋਆ। ਅਗਲੀ ਪੰਕਤੀ, ਰਸਨਾ ਰਸ ਸਮਾਨ। ਗੱਲ ਕੰਨਾਂ ਦੀ ਕਰਦੇ ਹੈ ਲੇਕਿਨ ਜ਼ੁਬਾਨ ਤੱਕ ਆ ਗਈ ਕਿ ਕੰਨਾਂ ਨੇ ਜੋ ਕੁਝ ਸੁਣਿਆ ਕਾਹਦੇ ਵਾਸਤੇ ਸੁਣਿਆ? ਜ਼ੁਬਾਨ ਵਾਸਤੇ। ਇਹ ਧਰਮ ਹੈ। ਅੱਖਾਂ ਪੈਰਾਂ ਵਾਸਤੇ ਚੱਲ ਰਹੀਆਂ ਨੇ, ਕੰਨ ਜ਼ੁਬਾਨ ਵਾਸਤੇ ਸੁਣ ਰਹੇ ਹੈ। ਹੁਣ ਦੰਦਾਂ ਤੇ ਜ਼ੁਬਾਨ ਦੀ ਗੱਲ ਲੈ ਲਓ। ਵੀ ਇੱਕ ਸਮਝ ਲਓ ਵੀ ਪਨੀਰ ਦਾ ਨਿੱਕਾ ਜਿਹਾ ਟੁਕੜਾ ਹੀ ਹੈ, 32 ਦੰਦਾਂ 32 ਤਲਵਾਰਾਂ ਦੇ ਵਿਚਕਾਰ ਰੱਖਿਆ ਹੋਇਆ, ਪਰ ਉਹ ਇੱਕ ਦੂਜੇ ਨਾਲ ਬਹੁਤ ਕੰਪਰੋਮਾਈਜ਼ ਕਰਕੇ ਚੱਲਦੇ ਆ, ਇੱਕ ਦੂਜੇ ਨਾਲ ਮਿਲ ਕੇ ਚੱਲਦੇ ਆ, ਇੱਕ ਦੂਜੇ ਨੂੰ ਪਿਆਰ ਕਰਦੇ ਆ। ਕਿਉਂਕਿ ਦੰਦਾਂ ਨੂੰ ਪਤਾ ਨਾ ਵੀ ਜੇ ਅਸੀਂ ਇਹਨੂੰ ਨੁਕਸਾਨ ਪਹੁੰਚਾਇਆ ਨਾ ਤੇ ਇਹਨੇ ਇੱਕ ਬੋਲ ਬੋਲਣਾ, ਲੋਕਾਂ ਨੇ 32 ਦੇ 32 ਕੱਢ ਕੇ ਬਾਹਰ ਸੁੱਟ ਦੇਣੇ। ਇਸ ਕਰਕੇ ਫਿਰ ਇੱਕ ਦੂਜੇ ਨਾਲ ਚੱਲਦੇ ਆ, ਮਿਲ ਕੇ ਚੱਲਦੇ ਆ। ਇੱਕ ਹੋਰ ਐਗਜ਼ਾਮਪਲ ਦੇ ਦੇਵਾਂ, ਪੂਰੀ ਜ਼ਿੰਦਗੀ ਹੱਥ ਕੰਮ ਕਰਦੇ ਆ, ਸ਼ਾਮ ਨੂੰ ਆਉਂਦੇ ਆ ਰੋਟੀ ਤੋੜ ਕੇ ਮੂੰਹ 'ਚ ਪਾ ਦਿੰਦੇ ਆ, ਗਰਮੀ ਹੋਈਆਂ ਕੱਪੜੇ ਪਵਾਏ, ਫਿਰ ਨੰਗੇ ਤੇ ਨੰਗੇ, ਸਿਆਲ ਨੂੰ ਵੀ ਨੰਗੇ ਤੇ ਨੰਗੇ। ਸਰੀਰ ਦਾ ਇੱਕ ਪਾਰਟ ਕਿਸੇ ਦੂਜੇ ਵਾਸਤੇ ਕੰਮ ਕਰ ਰਿਹਾ ਹੈ। ਤੇ ਸਤਿਗੁਰ ਨੇ ਕਿਹਾ ਕਿ ਧਰਮ ਦਾ ਮਤਲਬ ਕੀ ਹੈ? ਧਰਮ ਦਾ ਵੈਸੇ ਅਕਲੀ ਅਰਥ ਹੁੰਦਾ ਹੈ ਉਹ ਨਿਯਮ, ਉਹ ਸਿਧਾਂਤ ਜਿਹਦੇ ਵਿੱਚ ਅਸੀਂ ਰਾਜੀ ਰਹੀਏ, ਹਰ ਵਕਤ ਖੁਸ਼ ਰਹੀਏ। ਧਰਮ ਦੇ ਵਿੱਚ ਸਾਨੂੰ ਦੁੱਖ ਆਉਣੇ ਨੇ, ਸੁੱਖ ਆਉਣੇ ਨੇ, ਕੰਡਿਆਂ ਤੇ ਵੀ ਸੌਣਾ ਪੈਣਾ, ਵਿਪਤਾਂ ਪ੍ਰੋਬਲਮਾਂ ਆਉਣੀਆਂ ਨੇ, ਲੇਕਿਨ ਧਰਮ ਕਹਿੰਦਾ ਸੁੱਖ ਆਇਆ ਤੇ ਖੁਸ਼ ਹੈ, ਦੁੱਖ ਆਇਆ ਤੇ ਰੋਈ ਨਾ। ਧਰਮ ਕੀ ਕਹਿੰਦਾ? ਜੇ ਅੱਜ ਤੇਰੀ ਪਲੇਟ ਦੇ ਵਿੱਚ ਚੋਪੜੀਆਂ ਰੋਟੀਆਂ ਪਈਆਂ ਨੇ ਨਾ ਤਾਂ ਬੜੀ ਖੁਸ਼ੀ ਨਾਲ ਖਾ ਰਹੇ ਹੈ, ਜੇ ਕੱਲ੍ਹ ਨੂੰ ਅੱਧੀ ਸੁੱਕੀ ਰੋਟੀ ਪਈ ਮਿਲ ਗਈ ਤੇ ਰੋਈ ਨਾ। ਤੇ ਬਾਬਾ ਕਬੀਰ, ਬਾਬਾ ਫਰੀਦ ਸਾਹਿਬ ਦੀ ਪਾਉਣ ਬਾਣੀ ਦੀ ਇਹ ਗੱਲ ਕਹਿੰਦੀ ਹੈ, ਫਰੀਦਾ ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ, ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਦਰਸਾਏ ਜੀਓ। ਉਹ ਪਰਾਈ ਚੋਪੜੀ ਕਿਹੜੀ ਹੈ? ਉਹ ਹਰ ਇੱਕ ਚੀਜ਼ ਹੈ ਜਿਹਦੇ ਵੱਲ ਵੇਖ ਕੇ ਸਾਡਾ ਦਿਲ ਲਲਚਾ ਜਾਏ। ਉਹ ਭਾਵੇਂ ਕਿਸੇ ਦਾ ਜਿਸਮ ਹੋਏ, ਭਾਵੇਂ ਕਿਸੇ ਦਾ ਘਰ ਹੋਏ, ਭਾਵੇਂ ਕਿਸੇ ਦੀ ਜ਼ਮੀਨ ਜਾਇਦਾਦ ਹੋਏ, ਭਾਵੇਂ ਕਿਸੇ ਦਾ ਪੈਸਾ ਹੋਵੇ, ਭਾਵੇਂ ਕਿਸੇ ਦੀ ਜੋਬ ਹੋਵੇ, ਚਾਹੇ ਕਿਸੇ ਦੀ ਇੱਜ਼ਤ ਹੋਵੇ, ਉਹ ਹਰ ਇੱਕ ਚੀਜ਼ ਪਰਾਈ ਜਿਹਦੇ ਵੱਲ ਵੇਖ ਕੇ ਦਿਲ ਲਲਚਾਏ, ਸਮਝ ਲਓ ਉਹ ਚੋਪੜੀ ਰੋਟੀ ਹੈ। ਤੇ ਉਹਦੇ ਵੱਲ ਵੇਖ ਕੇ ਦਿਲ ਲਲਚਾਉਂਦਾ ਤੇ ਖਾਣ ਤੋਂ ਬਾਅਦ ਦੁੱਖ ਹੀ ਮਿਲਦਾ। ਧਰਮ ਕੀ ਕਹਿੰਦਾ? ਧਰਮ ਕਹਿੰਦਾ ਕਿਸੇ ਦੂਜੇ ਵਾਸਤੇ ਜੀਉ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਸ਼ਬਦ ਵਰਤਿਆ ਧਰਤੀ ਧਰਮ ਸਾਰ, ਤੇ ਇੱਥੇ ਮੈਂ ਇੱਕ ਹੋਰ ਤੁਹਾਨੂੰ ਬੇਨਤੀ ਕਰ ਦੇਵਾਂ, ਸਮਾਂ ਆਪਣੀ ਚਾਲੀ ਤੁਰਦਾ ਰਹਿੰਦਾ ਜੀ। ਅੱਜ ਨਵਾਂ ਸਾਲ ਚੜ੍ਹਿਆ, ਅਸੀਂ ਖੁਸ਼ ਹਾਂ, ਹੌਲੀ ਹੌਲੀ ਇਹ ਲੰਘ ਜਾਣਾ। ਜਦੋਂ ਦਸੰਬਰ ਆਉਣਾ ਫਿਰ ਸਾਨੂੰ ਇਹ ਚੇਤਾ ਆਉਣਾ ਵੀ ਹੁਣ 18 ਆਉਣਾ,
ਫਿਰ 18 ਆਉਣਾ, ਫਿਰ 19, ਫਿਰ 20, ਇਹ ਕੰਮ ਤੁਰੀ ਜਾਂਦਾ, ਗਾਂ ਦੀ ਗਾਂ ਲੰਘੀ ਜਾਂਦਾ। ਲੇਕਿਨ ਸਮੇਂ ਨੂੰ ਸਫਲ ਕਿੱਦਾਂ ਬਣਾਉਣਾ? ਇੱਕ ਵਿਦਵਾਨ ਸੱਜਣ ਦਾ ਇੱਕ ਜਗ੍ਹਾ 'ਤੇ ਬੜਾ ਸੋਹਣਾ ਕਥਨ ਹੈ। ਉਹ ਕਹਿੰਦਾ, ਮੈਂ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ। ਥੋੜ੍ਹਾ ਜਿਹਾ ਗੌਰ ਨਾਲ ਸੁਣਿਓ। ਕਹਿੰਦੇ, ਮੈਂ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ। ਜਦੋਂ ਅਸੀਂ ਬੱਚੇ ਸਾਂ ਤੇ ਸਾਡੇ ਮਾਂ ਬਾਪ ਕਹਿੰਦੇ ਸੀ ਇਹ ਇਹਨਾਂ ਦੇ ਐਸ਼ ਲੈਣ ਦੇ ਦਿਨ ਹੈ। ਅਸੀਂ ਥੋੜ੍ਹੇ ਜਿਹੇ ਵੱਡੇ ਹੋਏ, ਸਾਡੀ ਐਸ਼ ਥੋੜ੍ਹੀ ਜਿਹੀ ਮੁੱਕੀ, ਪਿੱਠ ਦੇ ਪਿੱਛੇ ਸਾਨੂੰ ਬੈਗ ਚੁਕਾ ਦਿੱਤਾ, ਸਕੂਲੇ ਭੇਜ ਦਿੱਤਾ। ਹੁਣ ਥੋੜ੍ਹਾ ਟਾਈਮ ਇੱਦਾਂ ਲੰਘਿਆ, ਬਾਅਦ 'ਚ ਕਾਲਜ ਯੂਨੀਵਰਸਿਟੀਆਂ ਚਲੇ ਗਏ। ਉੱਥੇ ਗਏ ਤੇ ਮਾਂ ਬਾਪ ਨੇ ਸੋਚਿਆ ਵੀ ਹੁਣ ਕਾਕਾ ਤੰਗ ਕਰ ਰਿਹਾ, ਇਹਦਾ ਵਿਆਹ ਕਰ ਦਿਉ। ਵਿਆਹ ਕੀਤਾ ਤੇ ਗਾਂ ਨਿਆਣੇ ਆ ਗਏ। ਹੁਣ ਨਿਆਣਿਆਂ ਨੂੰ ਸਮਝਦਾ, ਨਿਆਣੇ ਵੱਡੇ ਹੋਏ ਤੇ ਉਹਦੇ ਤੋਂ ਬਾਅਦ ਪਹਿਲਾਂ ਪਿਓ ਬਣਿਆ, ਫਿਰ ਦਾਦਾ, ਫਿਰ ਦਾਦੇ ਤੋਂ ਬਾਅਦ ਪੜਦਾਦਾ। ਲੇਕਿਨ ਅਜੇ ਵੀ ਇਸ ਗੱਲ ਨੂੰ ਸਮਝਿਆ ਨਹੀਂ। ਮੈਂ ਇੱਕ ਦਿਨ ਵਿਚਾਰ ਕਰਦੇ ਹਾਂ, ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਰੱਖਿਆ ਸੀ, ਨੂਰੇ ਰੱਖ ਦੇਵਾਂ। ਗੁਰੂ ਨਾਨਕ ਸਾਹਿਬ ਨੇ ਬੰਦੇ ਦੀ ਜ਼ਿੰਦਗੀ ਦੇ ਸਮੇਂ ਦੀ ਵੰਡ ਜਦੋਂ ਕੀਤੀ ਤੇ 10 ਅਵਸਥਾਵਾਂ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਕੀਤਾ ਹੈ। ਸ਼ੁਰੂਆਤ ਕਿੱਥੋਂ ਕਰਦੇ ਨੇ? ਕਹਿੰਦੇ, ਪਹਿਲਾ ਪਿਆਰ ਲੱਗਾ ਖਣ ਦੁੱਧ, ਬੱਚਾ ਪੈਦਾ ਹੋਇਆ, ਪਹਿਲਾ ਪਿਆਰ ਲੱਗਾ ਖਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਇਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ। ਸੰਖੇਪ ਦੇ ਅਰਥ ਨਾਲ ਕਰ ਦਈਏ ਤਾਂ ਕਿ ਸਮਝ ਲੱਗ ਜਾਏ। ਪਹਿਲਾ ਪਿਆਰ ਲੱਗਾ ਖਣ ਦੁੱਧ, ਬੱਚਾ ਜੰਮਿਆ, ਮਾਂ ਦੇ ਦੁੱਧ ਨਾਲ ਪਿਆਰ ਪਿਆ। ਦੂਜੇ ਮਾਏ ਬਾਪ ਕੀ ਸੁੱਧ, ਥੋੜ੍ਹਾ ਜਿਹਾ ਵੱਡਾ ਹੋਇਆ ਤੇ ਮਾਂ ਬਾਪ ਦੀ ਪਹਿਚਾਣ ਹੋਈ। ਤੀਜੇ ਭਇਆ ਭਾਬੀ ਬੇਬ, ਥੋੜ੍ਹਾ ਜਿਹਾ ਵੱਡਾ ਹੋਇਆ ਤੇ ਇਹਦਾ ਭਰਾਵਾਂ ਭਾਬੀਆਂ ਰਿਸ਼ਤੇਦਾਰ ਨਾਤਿਆਂ ਦੇ ਨਾਲ ਮੋਹ ਪੈ ਗਿਆ। ਚੌਥੇ ਪਿਆਰ ਉਪੰਨੀ ਖੇਡ, ਥੋੜ੍ਹਾ ਜਿਹਾ ਵੱਡਾ ਹੋਇਆ ਤੇ ਮਾਂ ਬਾਪ ਦੀ ਖਿੱਚ ਘੱਟ ਗਈ ਤੇ ਖੇਡਾਂ ਦੇ ਵਿੱਚ ਲੱਗ ਗਿਆ। ਪੰਜਵੇਂ ਖਾਣ ਪੀਣ ਕੀ ਧਾਤ, ਫਿਰ ਸਕੂਲ ਕਾਲਜ ਯੂਨੀਵਰਸਿਟੀਆਂ 'ਚ ਪੜ੍ਹਨ ਲੱਗਾ ਤੇ ਦੋਸਤ ਮਿੱਤਰ ਫਰੈਂਡ ਸਰਕਲ ਬਣਿਆ, ਮਾਂ ਬਾਪ ਦੀ ਖਿੱਚ ਹੋਰ ਘੱਟ ਗਈ, ਬਾਹਰ ਦੀ ਖਿੱਚ ਵੱਧ ਗਈ। ਛੇਵੇਂ ਕਾਮਨਾ ਪੁੱਛੈ ਜਾਤ, ਜਦੋਂ ਜਵਾਨ ਹੋ ਗਿਆ, ਮਾਂ ਬਾਪ ਨੇ ਵੇਖਿਆ ਵੀ ਹੁਣ ਉਲਾਮੇ ਆਉਣੇ ਸ਼ੁਰੂ ਹੋਏ, ਇਹਦਾ ਫਾਹ ਵਢੋਣ ਕੰਮ ਨਬੇੜੋ, ਵਿਆਹ ਕੀਤਾ ਗੱਲ ਖਤਮ। ਸਤਵੇਂ ਸਾਂਝ ਕੀਆ ਕਰਵਾਸ, ਫਿਰ ਕੀ ਹੋਇਆ, ਵਿਆਹ ਤੋਂ ਬਾਅਦ ਬੱਚੇ ਪੈਦਾ ਹੋਏ, ਹੁਣ ਆਪਣੇ ਘਰ ਨੂੰ ਭਰਦਾ, ਹਰੇਕ ਚੀਜ਼ ਘਰ ਵਿੱਚ ਲੈ ਕੇ ਆਉਂਦਾ। ਅੱਠਵੇਂ ਕ੍ਰੋਧ ਹੋਵਾ ਤਨ ਨਾਸ਼, ਫਿਰ ਜੋ ਕੰਮ ਖੁਦ ਕਰਦਾ ਰਿਹਾ ਉਹ ਕੰਮ ਉਹਦੇ ਬੱਚੇ ਹੁਣ ਕਰਦੇ ਨੇ। ਫਿਰ ਹੋਇਆ ਕਿ ਹੁਣ ਬੱਚਿਆਂ ਵਿੱਚ ਲੜਦਾ ਝਗੜਦਾ ਹੌਲੀ ਹੌਲੀ ਕਾਲਿਆਂ ਤੋਂ ਚਿੱਟਾ ਹੋ ਗਿਆ। ਸਮਾਂ ਕੀ ਕਹਿੰਦਾ? ਬਾਬਾ ਫਰੀਦ ਸਾਹਿਬ ਨੂੰ ਪੁੱਛੀ, ਕਹਿੰਦੇ, ਦੇਖ ਫਰੀਦਾ ਜੋਤੀਆ ਦਾੜੀ ਹੋਈ ਪੂਰ। ਸਮਾਂ ਹੈ ਨਾ, ਪਹਿਲਾਂ ਜਦੋਂ ਨਿੱਕੇ ਨਿੱਕੇ ਜੇ ਵਾਲ ਆਏ ਬੜੇ ਚੰਗੇ ਜਿਹੇ ਲੱਗਦੇ ਸੀ, ਉਹਦੇ ਤੋਂ ਬਾਅਦ ਦਾੜੀਆਂ ਵੱਡੀਆਂ ਹੋਈਆਂ, ਕਾਲੀਆਂ ਹੋਰ ਸੋਹਣੀਆਂ ਵਧੀ ਲੱਗਣ ਲੱਗੀਆਂ, ਫਿਰ ਹੌਲੀ ਹੌਲੀ ਕੀ ਹੋਇਆ, ਫਿਰ ਚਿੱਟੇ ਹੋ ਗਏ। ਦੇਖ ਫਰੀਦਾ ਜੋਤੀਆ ਦਾੜੀ ਹੋਈ ਪੂਰ, ਕਾਲੀ ਚਿੱਟੀ ਬਣ ਗਈ। ਕਹਿੰਦੇ, ਅੱਗੋਂ ਨੇੜਾ ਆਇਆ ਪਿਛਾ ਰਿਹਾ ਦੂਰ, ਕਹਿੰਦੇ ਜਨਮ ਦੂਰ ਹੋ ਗਿਆ ਤੇ ਮੌਤ ਹੁਣ ਤੇਰੇ ਨੇੜੇ ਆ ਰਹੀ। ਇੱਥੇ ਸਤਿਗੁਰੂ ਕੀ ਕਹਿੰਦੇ? ਅੱਠਵੇਂ ਕ੍ਰੋਧ ਹੋਆ ਤਨ ਨਾਸ਼, ਹੌਲੀ ਹੌਲੀ ਇਹਦੀ ਜਵਾਨੀ ਲੰਘ ਗਈ। ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦੇ, ਗਈ ਜਵਾਨੀ ਝਲ ਮਸਤਾਨੀ, ਲੰਮੀਆਂ ਲਾਂਘਾਂ ਭਰਦੀ, ਨਿਕਲ ਗਈ ਹੱਥਾਂ ਚੋਂ ਸੋਹਲੀ, ਰਹੀ ਮੈਂ ਤਰਲੇ ਕਰਦੀ। ਉਹ ਕਹਿੰਦੇ, ਜਦੋਂ ਜਵਾਨੀ ਆਉਂਦੀ ਹੈ ਨਾ ਬੰਦੇ ਉੱਤੇ ਤੇ ਬੰਦੇ ਨੂੰ ਰੱਬ ਯਾਦ ਨਹੀਂ ਰਹਿੰਦਾ, ਤੇ ਯਾਦ ਰੱਖਿਓ ਜਵਾਨੀ ਦੇ ਦਰਵਾਜ਼ੇ ਬੰਦ ਕਰਦਿਆਂ ਕਰਦਿਆਂ ਬੁਢੇਪਾ ਅੰਦਰ ਆ ਕੇ ਸੋਫੇ 'ਤੇ ਬਹਿ ਜਾਂਦਾ ਵੀ ਮੈਂ ਹੁਣ ਜਾਣਾ ਨਹੀਂ। ਜਵਾਨੀ ਤਾਂ ਇਕੱਲੀ ਚਲੇ ਗਈ ਸੀ, ਮੈਂ ਤੈਨੂੰ ਨਾਲ ਲੈ ਕੇ ਜਾਵਾਂਗਾ, ਇਕੱਲਾ ਨਹੀਂ ਜਾਣ ਲੱਗਾ। ਸਤਿਗੁਰੂ ਕੀ ਕਹਿੰਦੇ ਨੇ? ਅੱਠਵੇਂ ਕ੍ਰੋਧ ਹੋਵਾ ਤਨ ਨਾਸ਼, ਜਵਾਨ ਪਹਿਲਾਂ ਬੱਚਾ, ਬਚਪਨ ਆਇਆ, ਫਿਰ ਜਵਾਨ ਹੋਇਆ, ਫਿਰ ਵਿਆਹ ਹੋਇਆ, ਹੁਣ 45-50 ਦੇ ਲਾਗੇ ਪਹੁੰਚ ਗਿਆ। ਹੁਣ ਜਿਹੜੇ ਕੇਸ ਸਨ ਉਹ ਵੀ ਰੰਗ ਬਦਲੇ, ਉਹਨਾਂ ਨੇ ਆਰੰਭ ਕਰ ਦਿੱਤਾ। ਨੌਵੇਂ
ਧੌਲੇ ਉੱਬੇ ਸ਼ਾਹ, ਧੌਲੇ ਜਿਹੜੇ ਸੀ ਆਉਣੇ ਸ਼ੁਰੂ ਹੋ ਗਏ, ਭਾਵ ਕਾਲਿਆਂ ਤੋਂ ਚਿੱਟੇ ਹੋ ਗਏ। ਦਸਵੇਂ ਦੱਦਾ ਹੋਵਾ ਸੁਆ। ਯਾਦ ਰੱਖੋ ਇੱਕ ਮੇਰੀ ਗੱਲ, ਮੈਂ ਸੰਖੇਪ ਵੀ ਤੁਹਾਨੂੰ ਦੱਸ ਦੇਵਾਂ, ਸਮੇਂ ਦੀ ਵੰਡ ਆਪਾਂ ਕੀਤੀ ਹੈ ਗੁਰਬਾਣੀ ਨੇ ਨਹੀਂ। ਗੁਰਬਾਣੀ ਨੇ ਕਦੇ ਕਿਸੇ ਸਮੇਂ ਨੂੰ ਨਹੀਂ ਵੰਡਿਆ, ਅਸੀਂ ਵੰਡਿਆ ਹੈ। ਸਾਡੇ ਘਰ 'ਚ ਬੱਚਾ ਪੈਦਾ ਹੋਇਆ, ਅਸੀਂ ਕਿਹਾ ਵੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਗਾਓ, ਇਹ ਖੁਸ਼ੀ ਦਾ ਸਮਾਂ। ਥੋੜ੍ਹਾ ਜਿਹਾ ਵਿਚਾਰ ਕਰਿਓ ਇਸ ਗੱਲ ਉੱਤੇ, ਅੱਜ ਖੁਸ਼ੀ ਦਾ ਸਮਾਂ ਹੈ, ਇਸ ਕਰਕੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਗਾਓ। ਅਤੇ ਜੇ ਬੱਚਾ ਪੈਦਾ ਹੋਇਆ, ਉੱਥੇ ਬਹਿ ਕੇ ਕੋਈ ਰਾਗੀ ਸਿੰਘ ਇਹ ਪੜ੍ਹਦਾ ਹੈ ਵੀ ਸਭਨਾ ਸਹੁਰੇ ਬੰਝਣਾ ਸਭ ਕਲਾਵਣਹਾਰ, ਜਾਂ ਰਾਗੀ ਨਹੀਂ ਜਾਂ ਪਾਣੀ, ਕਿਉਂਕਿ ਫਿਰ ਅਸੀਂ ਲੜਾਂਗੇ ਵੀ ਇਹ ਤਾਂ ਖੁਸ਼ੀ ਦਾ ਸਮਾਂ ਸੀ, ਤੂੰ ਬਈ ਸ਼ਬਦ ਕਿਹੜਾ ਪੜ੍ਹ ਦਿੱਤਾ। ਗੁਰਬਾਣੀ ਦੀ ਅਤੇ ਸਮੇਂ ਦੀ ਵੰਡ ਆਪਾਂ ਕੀਤੀ ਹੈ, ਗੁਰੂ ਨੇ ਨਹੀਂ। ਅਸੀਂ ਕੀ ਕਿਹਾ, ਆਹ ਖੁਸ਼ੀ ਦਾ ਸਮਾਂ ਹੈ, ਖੁਸ਼ੀ ਦੇ ਸ਼ਬਦ ਗਾਓ, ਆਹ ਗਮੀ ਦਾ ਸਮਾਂ ਹੈ ਅਤੇ ਮੌਤ ਦੇ ਸ਼ਬਦ ਗਾਓ, ਆਹ ਸਮਾਂ ਹੈ ਐਸ਼ ਕਰਨ ਦਾ, ਆਹ ਸਮਾਂ ਹੈ ਹੱਸਣ ਦਾ, ਆਹ ਸਮਾਂ ਹੈ ਰੋਣ ਦਾ, ਆਹ ਸਮਾਂ ਹੈ ਬਚਪਨ ਦਾ, ਆਹ ਸਮਾਂ ਹੈ ਜਵਾਨੀ ਦਾ, ਆਹ ਸਮਾਂ ਹੈ ਬੁਢੇਪੇ ਦਾ, ਆਹ ਸਮਾਂ ਹੈ ਮੌਤ ਦਾ। ਅਸੀਂ ਸਾਰੇ ਸ਼ਬਦ ਨੂੰ ਪੜ੍ਹਿਓ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਇਸ ਸ਼ਬਦ ਦੀ ਜਿਹੜੀ ਲਾਹੌਰ ਦੀ ਪੰਕਤੀ ਹੈ ਮੌਤ ਦੀ ਹੈ, ਉਹ ਮੌਤ ਵਾਲੇ ਇਸ਼ਾਰਾ ਕਰਦੀ ਹੈ। ਤੇ ਕਹਿੰਦੀ ਹੈ ਬੰਦਿਆ ਯਾਦ ਰੱਖੀ, ਇਸ ਦੁਨੀਆਂ 'ਚ ਕੋਈ ਵੀ ਸਦੀਵ ਰਹਿਣ ਵਾਲਾ ਨਹੀਂ, ਹਰ ਇੱਕ ਚੀਜ਼ ਖਤਮ ਹੋ ਜਾਣੀ। ਸਮਾਂ ਵੰਡਿਆ ਅਸੀਂ ਸਮੇਂ ਦੀ ਵੰਡ ਵੀ ਕਰਨੀ ਵੱਖ ਵੱਖ ਤਰੀਕਿਆਂ ਦੇ ਨਾਲ, ਵੀ ਖੁਸ਼ੀ ਦੇ ਸ਼ਬਦ ਗਾਇਓ ਜੀ, ਗਮੀ ਦੇ ਸ਼ਬਦ ਗਾਇਓ। ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਇਸੇ ਤਰ੍ਹਾਂ ਇੱਕ ਵਾਰ ਉਹਨਾਂ ਦੇ ਸਾਂਢੂ ਸਾਈਂ ਦਾਸ ਆਏ ਸੀ। ਬਾਬਾ ਟਲ ਰਾਏ ਦੀ ਚੜ੍ਹਾਈ ਕਰ ਗਏ ਸੀ ਉਹਨਾਂ ਦਿਨਾਂ ਦੇ ਵਿੱਚ, ਅਤੇ ਹੁਣ ਕਦੇ ਇਹ ਨਾ ਥੋੜ੍ਹਾ ਸੋਚ ਲਿਓ ਵੀ ਨਵੇਂ ਸਾਲ ਦਾ ਟਾਈਮ ਹੈ ਅਤੇ ਬਾਬਾ ਪਤਾ ਨਹੀਂ ਕਿਹੜੇ ਪਾਸੇ ਗੱਲ ਤੋਰ ਕੇ ਬਹਿ ਗਿਆ, ਪਰ ਗੱਲ ਤਾਂ ਅਸੀਂ ਸਮੇਂ ਦੀ ਕਰਨੀ ਵੀ, ਸਮਾਂ ਕੀ ਹੈ। ਬਾਬਾ ਟਲ ਰਾਏ ਦੀ ਚੜ੍ਹਾਈ ਕਰ ਗਏ ਸੀ ਅਤੇ ਬਹੁਤ ਲੋਕ ਆ ਰਹੇ ਸੀ ਗੁਰੂ ਹਰਗੋਬਿੰਦ ਮਹਾਰਾਜ ਦੇ ਕੋਲ, ਅਤੇ ਉਹਨਾਂ ਦੇ ਸਾਂਢੂ ਸਾਈਂ ਦਾਸ ਵੀ ਆ ਗਏ, ਜੋ ਮੋਗੇ ਦੇ ਕੋਲ ਪਿੰਡ ਹੈ ਡਰੋਲੀ ਭਾਈ ਕੀ, ਜਾਂ ਭਾਈ ਕੀ ਡਰੋਲੀ ਜਾਂ ਡਰੋਲੀ ਭਾਈ ਕੀ, ਇੱਦਾਂ ਦਾ ਪਿੰਡ ਹੈ ਡਰੋਲੀ ਭਾਈ ਕੀ, ਉੱਥੋਂ ਦੇ ਰਹਿਣ ਵਾਲੇ ਸੀ। ਉੱਥੇ ਅਟਾਰੀ ਸੀ ਉਹਨਾਂ ਦੀ, ਅਤੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਗਰਮੀਆਂ ਦੇ ਦਿਨਾਂ 'ਚ ਆਮ ਕਰਕੇ ਉੱਥੇ ਜਾਇਆ ਕਰਦੇ ਸੀ। ਸਾਈਂ ਦਾਸ ਜੀ ਜਦੋਂ ਆਏ ਨਾ ਗੁਰੂ ਹਰਗੋਬਿੰਦ ਮਹਾਰਾਜ ਦੇ ਕੋਲ, ਆਸੇ ਪਾਸੇ ਸੰਗਤਾਂ ਜੁੜੀਆਂ ਅਤੇ ਕੋਲ ਆ ਕੇ ਬਹਿ ਗਏ ਅਤੇ ਅੱਖਾਂ ਪੂੰਝਣ ਲੱਗੇ, ਕਹਿੰਦੇ ਮਹਾਰਾਜ ਬੜਾ ਮਾੜਾ ਹੋਇਆ। ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀ ਦੁਬਾਰਾ ਬੋਲੋ ਕੀ ਹੋਇਆ, ਕਹਿੰਦੇ ਮਹਾਰਾਜ ਬੜਾ ਮਾੜਾ ਹੋਇਆ, ਅਜੇ ਬੱਚੇ ਦੀ ਉਮਰ ਐਸ਼ ਕਰਨ ਦੀ ਸੀ, ਉਹਨੂੰ ਅਜੇ ਜਾਣਾ ਨਹੀਂ ਸੀ ਚਾਹੀਦਾ, ਪਰ ਉਹ ਚਲਾ ਗਿਆ। ਗੁਰੂ ਹਰਗੋਬਿੰਦ ਮਹਾਰਾਜ ਗੱਲਾਂ ਸੁਣਦੇ ਰਹੇ, ਸੁਣਦਿਆਂ ਸੁਣਦਿਆਂ ਸੱਚੇ ਪਾਤਸ਼ਾਹ ਨੇ ਕਿਹਾ, ਸਾਈਂ ਦਾ ਜਿੱਥੇ ਬੈਠਾ ਹੈ ਨਾ ਇੱਥੇ ਜ਼ਮੀਨ ਉੱਤੇ ਦੋ ਲਕੀਰਾਂ ਖਿੱਚ। ਸਾਈਂ ਦਾਸ ਨੇ ਖਿੱਚੀਆਂ, ਗੁਰੂ ਸਾਹਿਬ ਨੇ ਕਿਹਾ ਵੀ ਜਿੱਦਾਂ ਖਿੱਚੀਆਂ ਉਦਾਂ ਮਿਟਾ ਦੇ, ਹੁਣ ਜਿੱਦਾਂ ਖਿੱਚੀਆਂ ਸੀ ਉਦਾਂ ਹੀ ਉਹਨੇ ਸਾਈਂ ਦਾਸ ਨੇ ਮਿਟਾਤੀਆਂ, ਲਕੀਰਾਂ ਖਿੱਚੀਆਂ ਲਕੀਰਾਂ ਮਿਟਾਈਆਂ। ਸਾਈਂ ਦਾਸ ਨੂੰ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਾਈਂ ਦਾਸ ਜਦੋਂ ਲਕੀਰਾਂ ਖਿੱਚੀਆਂ ਸੀ ਉਦੋਂ ਕੋਈ ਖੁਸ਼ੀ ਹੋਈ? ਕਹਿੰਦੇ ਨਹੀਂ। ਕਹਿੰਦੇ ਜਦੋਂ ਲਕੀਰਾਂ ਮਿਟਾਈਆਂ ਉਦੋਂ ਕੋਈ ਗਮੀ ਹੋਈ? ਕਹਿੰਦੇ ਨਹੀਂ। ਮਹਾਰਾਜ ਕਹਿੰਦੇ ਕਿਉਂ ਵਾਏ? ਕਹਿੰਦੇ ਸੱਚੇ ਪਾਤਸ਼ਾਹ ਤੁਹਾਡੀ ਖੁਸ਼ੀ 'ਚ ਲਕੀਰਾਂ ਖਿੱਚੀਆਂ, ਤੁਹਾਡੀ ਖੁਸ਼ੀ 'ਚ ਲਕੀਰਾਂ ਮਿਟਾ ਦਿੱਤੀਆਂ। ਅਤੇ ਗੁਰਬਾਣੀ ਕੀ ਕਹਿੰਦੀ ਹੈ? ਹੁਕਮੀ ਹੋਵਣ ਆਕਾਰ ਹੁਕਮਨਾ ਕਿਹਾ ਜਾਈ। ਇਹ ਲਕੀਰਾਂ ਜਿਹੜੀਆਂ ਸਰੀਰ ਦੀਆਂ ਸਾਡੀਆਂ ਖਿੱਚੀਆਂ ਗਈਆਂ ਨਾ, ਇਹ ਰੱਬ ਦੇ ਹੁਕਮ ਦੇ ਵਿੱਚ ਹੈ। ਉਹ ਆਪਣੇ ਹੁਕਮ ਦੇ ਵਿੱਚ ਸਰੀਰ ਦੀ ਬਣਤਰ ਪੈਦਾ ਕਰਦਾ ਹੈ, ਹੁਕਮ ਦੇ ਵਿੱਚ ਸਰੀਰ ਦੀ ਬਣਤਰ ਖਤਮ ਕਰ ਦਿੰਦਾ ਹੈ। ਫਿਰ ਖੁਸ਼ੀ ਕਾਦੀ, ਫਿਰ ਗਮੀ ਕਾਦੀ? ਕਹਿੰਦੇ ਜਨਮੈ ਕੋ ਵਾਜੇ ਵਧਾਏ, ਸਮੇਂ ਬਾਰੇ ਗੁਰਬਾਣੀ ਕਹਿੰਦੀ। ਕਹਿੰਦੇ ਜਦੋਂ ਜਨਮ ਦਾ ਸਮਾਂ ਆਇਆ ਨਾ ਬੱਚੇ ਦਾ, ਬੜੀਆਂ ਖੁਸ਼ੀਆਂ ਮਨਾਈਆਂ, ਖੁਸ਼ੀਆਂ ਮਨਾਈਆਂ ਵੀ ਜਾਂਦੀਆਂ ਨੇ, ਕੋਈ ਸ਼ੱਕ ਨਹੀਂ, ਬੰਦ ਦੇ ਘਰ ਦੇ ਵਿੱਚ ਉਤਸ਼ਾਹ ਵੀ ਹੁੰਦਾ। ਮੈਂ ਗੁਰੂ ਨਾਨਕ ਸਾਹਿਬ ਦੀ ਕਦੋਂ ਜਦੋਂ ਕਦੇ ਹਿਸਟਰੀ ਪੜ੍ਹਦਾ ਨਾ, ਮੈਨੂੰ ਉਹਨਾਂ ਦੇ ਜੀਵਨ ਦੀ ਇੱਕ ਕਹਾਣੀ ਯਾਦ ਆ ਜਾਂਦੀ ਹੈ। ਉਹ ਕਹਿੰਦੇ ਅੱਜ ਦੌਲਤਾਂ ਬਾਈ ਬੜੀ ਖੁਸ਼, ਮਹਿਤਾ ਕਾਲੂ ਵੀ ਬੜੀ ਖੁਸ਼, ਔਰ ਮਾਤਾ ਤ੍ਰਿਪਤਾ ਦੇ ਘਰ ਭਾਗ ਲੱਗਣ ਵਾਲੇ, ਪਰ ਪਤਾ ਨਹੀਂ ਕਿੰਨੇ ਆਉਣਾ ਹੈ ਉਹਨਾਂ ਦੇ ਘਰ ਦੇ ਵਿੱਚ।
ਇੱਕ ਧੀ ਹੈ ਜਿਹਦੀ 5 ਸਾਲ ਉਮਰ ਹੋ ਗਈ ਤੇ ਨਾਮ ਉਹਦਾ ਰੱਖਿਆ ਬੇਬੇ ਨਾਨਕੀ। ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਤੋਂ 5 ਸਾਲ ਵੱਡੇ ਸੀ, ਨਾਨਕੇ ਪੈਦਾ ਹੋਏ, ਇਸ ਕਰਕੇ ਨਾਮ ਨਾਨਕੀ ਰੱਖਿਆ ਸੀ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਨਾਨਕੇ ਸਨ, ਉਹ ਪਿੰਡ ਚਹਿਰ ਹੈ, ਚਹਿਰ ਪਿੰਡ ਲਾਹੌਰ ਦੇ ਕੋਲ, ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਨਕੇ ਸਨ। ਔਰ ਇਹਨਾਂ ਦੇ ਨਾਨਾ ਜੀ ਦਾ ਨਾਮ ਹੈ ਰਾਮਦੇਵ ਜੀ। ਖੈਰ ਮੈਂ ਉੱਧਰ ਨਾ ਜਾਵਾਂ, ਲੰਬੀ ਕਹਾਣੀ ਹੈ ਹਿਸਟਰੀ ਵੱਲ। ਕਿਤੇ ਘਰ ਵਿੱਚ ਬੜੀ ਚਹਿਲ ਪਹਿਲ ਹੈ ਤੇ ਬੇਬੇ ਨਾਨਕੀ ਅੱਜ ਘਰ ਵਿੱਚ ਘੁੰਮ ਰਹੀ ਹੈ ਬੜੀ ਖੁਸ਼ੀ। ਘਰ ਦੇ ਵਿੱਚ ਦੌਲਤਾਂ ਦਾਈ ਨੂੰ ਘਰ ਬੁਲਾਇਆ ਗਿਆ, ਦੌਲਤਾਂ ਦਾਈ ਅੰਦਰ ਗਈ। ਥੋੜੇ ਟਾਈਮ ਬਾਅਦ ਦੌਲਤਾਂ ਦਾਈ ਜਦੋਂ ਬਾਹਰ ਆਈ, ਉਹਨੇ ਆਵਾਜ਼ ਮਾਰ ਕੇ ਬੜੇ ਪਿਆਰ ਨਾਲ ਆਖਿਆ, ਵੇ ਕਾਲੂ ਤੈਨੂੰ ਵਧਾਈ ਹੋਵੇ। ਪਰ ਮਹਿਤਾ ਕਾਲੂ ਜੀ ਨੇ ਆਖਿਆ ਵੀ ਤੈਨੂੰ ਵਧਾਈਆਂ। ਕਹਿੰਦੇ ਕੀ ਹੋਇਆ? ਸਾਡਾ ਜਵਾਬ ਪਹਿਲਾਂ ਸਵਾਲ ਹੀ ਹੁੰਦਾ ਨਾ ਕੀ ਹੋਇਆ, ਜੇ ਤਾਂ ਲੜਕੀ ਹੋਈ। ਵੈਸੇ ਤਾਂ ਐਡਵਾਂਸ ਹੈ ਟਾਈਮ ਇਸ ਟਾਈਮ, ਕਿਉਂਕਿ ਲੋਕ ਉਸ ਚੀਜ਼ ਨੂੰ ਨਹੀਂ ਸੋਚਦੇ, ਪਰ ਜਿਨ੍ਹਾਂ ਦੀ ਸੋਚ ਗੰਦੀ ਹੈ ਉਹ ਸੋਚਦੇ ਨੇ। ਅਖਬਾਰਾਂ ਪੜ੍ਹ ਲਓ, ਫੇਸਬੁੱਕ 'ਤੇ ਦੇਖ ਲਓ, ਤੁਹਾਨੂੰ ਖਬਰਾਂ ਨਿਊਜ਼ਾਂ ਮਿਲਦੀਆਂ ਰਹਿੰਦੀਆਂ। ਕਿਤੇ ਗੰਨਿਆਂ 'ਚ ਸੁੱਟੀ ਹੈ ਜੰਮੀ ਧੀ, ਕਿਤੇ ਨਾਲੀ 'ਚ ਸੁੱਟੀ ਹੈ, ਕਿਤੇ ਗਟਰ 'ਚ ਸੁੱਟੀ ਹੈ, ਆਮ ਮਿਲਦੀਆਂ ਨੇ। ਅੱਜ ਵੀ ਬੈਕਵਰਡ ਜ਼ਮਾਨਾ ਅੱਜ ਵੀ ਹੈ, ਮਾੜੀ ਸੋਚ ਵਾਲੇ ਅੱਜ ਵੀ ਲੋਕ ਨੇ। ਕਰਮੀ ਕਰਮੀ ਹੋਏ ਵੀ ਚਾਰ ਗੁਰੂ ਨੇ ਕਿਹਾ ਸੀ, ਯਾਦ ਰੱਖਿਓ, ਆਪਣੇ ਕੀਤੇ ਕੰਮਾਂ ਕਰਕੇ ਰੱਬ ਦੇ ਨੇੜੇ ਹੋਵੋਗੇ, ਆਪਣੇ ਕੀਤੇ ਕੰਮਾਂ ਕਰਕੇ ਰੱਬ ਤੋਂ ਦੂਰ ਹੋਵੋਗੇ। ਮੈਂ ਵੀਰਵਾਰ ਦੀ ਇੱਕ ਬੇਨਤੀ ਕੀਤੀ ਸੀ ਕਿ ਕੋਈ ਟਾਈਮ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਨੂੰ ਸੁੱਟ ਦਿੱਤਾ ਸੀ ਕਿਸੇ ਨੇ, ਵੀ ਧੀ ਹੈ ਸੁੱਟ ਦਿਓ ਜੀ, ਕੋਈ ਗੱਲ ਨਹੀਂ, ਸਾਨੂੰ ਚਾਹੀਦੀ ਨਹੀਂ। ਵੀ ਪੁੱਤ ਦੀ ਲਾਲਸਾ ਦੇ ਵਿੱਚ ਕਈ ਵਾਰ ਧੀਆਂ ਦੇ ਕਤਲ ਆਮ ਬੰਦਾ ਕਰ ਦਿੰਦਾ, ਵੀ ਧੀ ਹੈ ਸੁੱਟ ਦਿਓ ਜੀ। ਮੈਂ ਕਈ ਵਾਰ ਬੇਨਤੀ ਕਰਿਆ ਕਰਦਾ ਵੀ ਰੋਪੜ ਦਾ ਇੱਕ ਬੜਾ ਵੱਡਾ ਸ਼ਾਹੂਕਾਰ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਬਾਰ ਵਿੱਚ ਪਹੁੰਚਿਆ। ਗੁਰੂ ਹਰਕ੍ਰਿਸ਼ਨ ਸਾਹਿਬ ਨੇ ਸਿੱਖਾਂ ਨੂੰ ਕਿਹਾ ਵੀ ਧੱਕੇ ਮਾਰ ਕੇ ਇਹਨੂੰ ਬਾਹਰ ਕੱਢੋ, ਇਹ ਸਾਡੇ ਦਰਬਾਰ 'ਚ ਬਹਿਣ ਦੇ ਲਾਇਕ ਨਹੀਂ, ਧੱਕੇ ਮਾਰ ਕੇ ਬਾਹਰ ਕੱਢ ਦਿਓ ਇਹਨੂੰ। ਜਦੋਂ ਧੱਕੇ ਮਾਰ ਕੇ ਕਿਤੇ ਬਾਹਰ ਕੱਢਿਆ ਨਾ, ਉਹਨੇ ਸਵਾਲ ਕੀਤਾ ਵੀ ਮੈਨੂੰ ਧੱਕੇ ਕਿਉਂ ਮਾਰੇ? ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਿਹਾ ਸੀ, ਤੇਰੇ ਵਰਗੇ ਕੁੜੀ ਮਾਰ ਬੰਦੇ ਦਾ ਅਸੀਂ ਚਿਹਰਾ, ਉਹਦੀ ਸ਼ਕਲ ਵੀ ਵੇਖਣੀ ਪਸੰਦ ਨਹੀਂ ਕਰਦੇ। ਤੂੰ ਰੱਬ ਦੀ ਕੁਦਰਤ ਨੂੰ ਲਾਇਕ ਨਹੀਂ ਕਰਦਾ, ਤੈਨੂੰ ਉਹ ਜੋ ਦੇ ਰਿਹਾ ਨਾ, ਤੂੰ ਉਹਨੂੰ ਝੋਲੀ ਵਿੱਚ ਨਹੀਂ ਪਵਾਉਂਦਾ। ਜਦੋਂ ਉਹਦੀਆਂ ਕਰਤੂਤਾਂ ਉਹਦੇ ਮੂਹਰੇ ਰੱਖੀਆਂ, ਉਹਨੇ ਹੱਥ ਜੋੜ ਕੇ ਕਿਹਾ ਸੀ ਅੱਜ ਤੂੰ ਬਾਤ ਨਹੀਂ ਕਰਾਂਗਾ, ਤੇ ਬਾਹਰ ਸੁੱਟ ਦਿੱਤਾ ਵੀ ਧੀ ਹੈ। ਯਾਦ ਰੱਖਿਓ, ਜਦੋਂ ਉਹਦੀ ਕੁੱਖ ਨੂੰ ਭਾਗ ਲੱਗਾ ਤੇ ਉਹਦੀ ਕੁੱਖ 'ਚੋਂ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਇਆ। ਅੱਜ ਮਹਾਰਾਜਾ ਰਣਜੀਤ ਸਿੰਘ ਦੇ ਮੂਹਰੇ ਸੀਸ ਝੁਕਾਉਂਦੇ ਅਸੀਂ ਵੀ ਸਾਡਾ ਸਿੱਖ ਰਾਜ ਉਹਨੇ ਕਾਇਮ ਕਾਇਮ ਕੀਤਾ। ਪਰ ਇੱਕ ਟਾਈਮ ਸੀ ਜਦੋਂ ਕਿਸੇ ਨੇ ਉਹਦੀ ਮਾਂ ਨੂੰ ਬਾਹਰ ਸੁੱਟ ਦਿੱਤਾ ਸੀ ਵੀ ਇਹ ਤਾਂ ਧੀ ਹੈ। ਮੈਂ ਦੁਬਾਰਾ ਆਪਣੇ ਵਿਸ਼ੇ ਦੇ ਵੱਲ ਦੁਬਾਰਾ ਆ ਜਾਵਾਂ, ਪਰ ਕਈ ਵਾਰ ਲੋਕ ਇਹੀ ਸੋਚ ਲੈਂਦੇ ਨੇ ਵੀ ਇਹ ਧੀ ਹੈ, ਪੁੱਛਿਆ ਵੀ ਕੀ ਹੋਇਆ, ਜੇ ਤਾਂ ਲੜਕਾ ਬੜੀ ਖੁਸ਼ੀ, ਜੇ ਧੀ ਹੋਈ ਤਾਂ ਫਿਰ ਪ੍ਰੋਬਲਮ ਖੜੀ ਹੋ ਜਾਂਦੀ, ਵੀ ਧੀ ਹੋਵੇ ਤੇ ਵਧਾਈ ਦੇਣੀ ਚਾਹੀਦੀ। ਮੈਂ ਕਹਿੰਦਾ ਵੱਧ ਖੁਸ਼ੀ ਮਨਾਓ ਸਗੋਂ, ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਦੋਨੋਂ ਇੱਕ ਬਰਾਬਰ ਹੀ ਆ, ਗੁਰੂ ਨੇ ਤੇ ਬਰਾਬਰਤਾ ਦਿੱਤੀ। ਕਹਿੰਦੇ ਮਹਿਤਾ ਕਾਲੂ ਨੇ ਜਦੋਂ ਪੁੱਛਿਆ ਵੀ ਭਾਗ ਲੱਗੇ ਕੀ ਹੋਇਆ, ਤੇ ਦੌਲਤਾਂ ਦਾਈ ਨੇ ਕਿਹਾ ਤੇਰੇ ਘਰ 'ਚ ਪੁੱਤ ਪੈਦਾ ਹੋਇਆ। ਵੀ ਮਹਿਤਾ ਕਾਲੂ ਬੜੇ ਖੁਸ਼ ਹੋਏ ਵੀ ਪਹਿਲਾਂ ਧੀ ਸੀ ਹੁਣ ਪੁੱਤ ਹੋ ਗਿਆ, ਜੋੜੀ ਰਲ ਗਈ। ਤੇ ਕਮਰੇ 'ਚ ਗਏ, ਮੋਹਰਾਂ ਭਰ ਕੇ ਲੈ ਕੇ ਆਏ ਥਾਲੀ ਵਿੱਚ, ਆ ਕੇ ਕਹਿੰਦੇ ਨੇ ਦੌਲਤਾਂ ਝੋਲੀ ਕਰ, ਮੈਂ ਤੇਰੀ ਝੋਲੀ ਦੇ ਵਿੱਚ ਮੋਹਰਾਂ ਪਾਉਣੀਆਂ ਨੇ, ਤੇਰੀ ਝੋਲੀ ਭਰਨੀ ਹੈ। ਤੇ ਦਾਈ ਦੌਲਤਾਂ ਨੇ ਝੋਲੀ ਨਹੀਂ ਕੀਤੀ, ਅੱਜ ਉਹ ਪਛਾਂ ਹੋ ਗਈ। ਮਹਿਤਾ ਕਾਲੂ ਜੀ ਕਹਿੰਦੇ ਵੀ ਕੀ ਹੋਇਆ, ਵੀ ਅੱਜ ਪਛਾਂ ਕਿਉਂ ਹੋ ਗਈ, ਕਾਰਨ ਕੀ? ਦੌਲਤਾਂ ਦਾਈ ਨੇ ਪਤਾ ਕੀ ਜਵਾਬ ਦਿੱਤਾ ਸੀ? ਵੇ ਕਾਲੂ ਮੈਂ ਨਿਹਾਲ ਹੋਏ ਗਈ, ਮੈਂ ਰੱਜ ਗਈ। ਇਹ ਸ਼ਬਦ ਲਿਖੇ ਨੇ ਜਨਮ ਸਾਖੀ ਦੇ ਵਿੱਚ। ਮਤਲਬ ਸੀ ਉਹ ਕਹਿੰਦੀ ਮੇਰੇ ਇਹਨਾਂ ਅੱਖਾਂ 'ਚ ਬੜੇ ਬੱਚੇ ਪੈਦਾ ਹੋਏ, ਪਰ ਤੇਰਾ ਜਦੋਂ ਬੱਚਾ ਇਹ ਪੈਦਾ ਹੋਇਆ ਨਾ, ਜਦੋਂ ਇਹ ਆਇਆ ਦੁਨੀਆਂ 'ਚ, ਮੈਨੂੰ ਅਜੀਬ ਜਿਹਾ ਮਹਿਸੂਸ ਹੋਇਆ
ਇਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਜਦੋਂ ਮੈਂ ਵੇਖਿਆ ਇਹਦਾ ਹੱਸੂ ਹੱਸੂ ਕਰਦਾ ਚਿਹਰਾ ਜਦੋਂ ਮੈਂ ਵੇਖਿਆ ਮੈਨੂੰ ਇੱਦਾਂ ਲੱਗਾ ਜਿਵੇਂ ਕੋਈ ਬਜ਼ੁਰਗ ਹੋਵੇ ਮੇਰੇ ਨਾਲ ਗੱਲਾਂ ਪਿਆ ਕਰਦਾ ਹੋਵੇ। ਉਹ ਕਹਿੰਦੀ ਮੈਨੂੰ ਉਹ ਭੁੱਖ ਹੀ ਕੋਈ ਨਹੀਂ ਰਹੀ, ਮੈਂ ਲੈਣਾ ਹੀ ਕੁਛ ਨਹੀਂ। ਵਾਕਈ ਉਹਨੇ ਕੁਛ ਨਹੀਂ ਲਿਆ। ਅੱਜ ਦੌਲਤਾਂ ਦਾਈ ਨੂੰ ਵੀ ਅਸੀਂ ਗੁਰੂ ਨਾਨਕ ਸਾਹਿਬ ਦਾ ਜਦੋਂ ਨਾਮ ਆਉਂਦਾ ਤਾਂ ਯਾਦ ਕਰਦੇ ਹਾਂ। ਇੱਕ ਵਾਰੀ ਕਹਿ ਦਿਓ ਧੰਨ ਗੁਰੂ ਨਾਨਕ, ਉੱਚੀ ਆਵਾਜ਼ 'ਚ ਧੰਨ ਗੁਰੂ ਨਾਨਕ। ਪਰ ਗੁਰੂ ਨਾਨਕ ਸਾਹਿਬ ਨੇ ਆਪਣੀ ਪੂਰੀ ਜ਼ਿੰਦਗੀ ਦਾ ਸਮਾਂ ਸਾਡੇ ਵਾਸਤੇ ਬਤੀਤ ਕੀਤਾ। ਮੈਂ ਦੁਬਾਰਾ ਉਸੇ ਸ਼ਬਦ ਵੱਲ ਆ ਜਾਵਾਂਗਾ, ਲੇਕਿਨ ਇੱਕ ਛੋਟੀ ਜਿਹੀ ਮੈਂ ਤੁਹਾਨੂੰ ਬੇਨਤੀ ਕਰ ਦੇਵਾਂ ਸਿੱਖ ਇਤਿਹਾਸ ਦੇ ਵਿੱਚੋਂ ਜਿਹੜੀ ਉਹ ਕਰ ਰਿਹਾ ਸੀ ਉਹਨੂੰ ਪਹਿਲਾਂ ਕੰਪਲੀਟ ਕਰ ਲਈਏ। ਕਹਿੰਦੇ ਨੇ ਸਾਈਂ ਦਾਸ ਨੂੰ ਕਿਹਾ ਵੀ ਸਾਈਂ ਦਾਸ ਜਦੋਂ ਲਕੀਲਾਂ ਖਿੱਚੀਆਂ ਜਾਂ ਮਿਟਾਈਆਂ ਕੋਈ ਖੁਸ਼ੀ ਨਵੀਂ ਨਹੀਂ ਹੋਈ। ਉਹਨੇ ਕਿਹਾ ਮਹਾਰਾਜ ਤੁਹਾਡੇ ਹੁਕਮ ਵਿੱਚ ਖਿੱਚੀਆਂ, ਤੁਹਾਡੇ ਹੁਕਮ ਵਿੱਚ ਮਿਟਾ ਦਿੱਤੀਆਂ। ਤੇ ਮਹਾਰਾਜ ਨੇ ਕਿਹਾ ਸੀ ਜਨਮ ਉਹਦੇ ਹੁਕਮ ਵਿੱਚ ਹੁੰਦਾ ਹੈ ਤੇ ਮੌਤ ਵੀ ਉਹਦੇ ਹੁਕਮ ਵਿੱਚ ਹੁੰਦੀ ਹੈ, ਇਸ ਕਰਕੇ ਨਾ ਮੌਤ ਦੇ ਵਕਤ ਰੌਲਾ ਪਾਉਣਾ ਚਾਹੀਦਾ ਤੇ ਜਨਮ ਦੇ ਵਕਤ ਬਹੁਤਾ ਭੁੜਕਣਾ ਚਾਹੀਦਾ, ਨਾ ਬੱਲੇ ਬੱਲੇ ਕਰਨਾ ਚਾਹੀਦਾ। ਉਹਦੇ ਹੁਕਮ ਨੂੰ ਸਵੀਕਾਰ ਕਰਕੇ ਉਹਦੇ ਹੁਕਮ ਦੇ ਵਿੱਚ ਰਹੋ ਤੇ ਉਸ ਸਮੇਂ ਨੂੰ ਭਾਗਾਂ ਵਾਲਾ ਬਣਾ ਲਓ ਜਿਹੜਾ ਸਮਾਂ ਮਾਲਕ ਨੇ ਦਿੱਤਾ ਹੈ। ਅੱਜ ਕਲਗੀਆਂ ਵਾਲੇ ਬਾਪੂ ਦੇ ਉੱਤੇ ਇੱਕ ਸਮਾਂ ਆਇਆ। ਮੈਂ ਜਦੋਂ ਅੱਜ ਸਵੇਰੇ ਬੈਠਾ ਵਿਚਾਰ ਕਰ ਰਿਹਾ ਸੀ ਨਾ ਵੀ ਅੱਜ ਸਮਾਂ ਤੇ ਸਮੇਂ ਦੇ ਉੱਤੇ ਵਿਚਾਰ ਕਰਨੀ ਹੈ, ਤੇ ਗੁਰਬਾਣੀ ਦਾ ਇੱਕ ਸ਼ਬਦ ਆਉਂਦਾ ਹੈ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਸਮੇਂ ਉੱਤੇ ਹੈ। ਕਹਿੰਦੇ ਜਦੋਂ ਸਮਾਂ ਸੀ ਨਾ ਸੰਭਲਣ ਦਾ ਬੰਦਿਆ ਉਦੋਂ ਤੂੰ ਸੰਭਲਿਆ ਨਹੀਂ, ਜਿੱਦਣ ਹੜ੍ਹ ਆ ਗਿਆ ਨਾ ਤੇ ਉਦੋਂ ਤੂੰ ਸੋਚਦਾ ਮੈਂ ਕੋਈ ਕਿਸ਼ਤੀ ਬਣਾ ਕੇ ਤਿਆਰ ਕਰਕੇ ਤੇ ਉਹਦੇ 'ਚ ਸਵਾਰ ਹੋ ਕੇ ਆਪਣੇ ਆਪ ਨੂੰ ਬਚਾ ਲਾਂ, ਹੁਣ ਤਾਂ ਤੇਰਾ ਡੁੱਬਣਾ ਯਕੀਨੀ ਹੈ। ਭਾਈ ਗੁਰਦਾਸ ਸਾਹਿਬ ਦਾ ਵੀ ਐਸਾ ਇੱਕ ਤਬੀਅਤ ਹੈ, ਉਹਨਾਂ ਨੇ ਕਿਹਾ ਕਹਿੰਦੇ ਨੇ ਜੈਸੇ ਘਰ ਲਾਗੈ ਆਗ ਜਾਗ ਕੂਆ ਖੁਦ ਹੀ ਚਾਹੇ। ਕਹਿੰਦੇ ਨੇ ਘਰ ਨੂੰ ਅੱਗ ਲੱਗਣ ਤੋਂ ਪਹਿਲਾਂ ਬਚਾਉਣ ਦਾ ਹੀਲਾ ਪਹਿਲਾਂ ਕਰ ਲੈਣਾ ਚਾਹੀਦਾ। ਜਿਵੇਂ ਆ ਇਹਨਾਂ ਕੰਟਰੀਆਂ ਦੇ ਵਿੱਚ ਤਾਂ ਪਹਿਲਾਂ ਹੀ ਹੈ ਵੀ ਸਾਡੇ ਤਾਂ ਬਾਅਦ ਵਿੱਚ ਸੋਚਦੇ ਹਾਂ ਵੀ ਘਰ ਸੜੇ ਤੇ ਬਾਅਦ ਵਿੱਚ ਅਸੀਂ ਜਾਂਦੇ ਹਾਂ ਵੀ ਪਾਣੀ ਪੂਣੀ ਪਾਉਣ ਵਾਸਤੇ। ਭਾਈ ਗੁਰਦਾਸ ਸਾਹਿਬ ਨੇ ਪੁਰਾਣੇ ਟਾਈਮ ਦੀ ਗੱਲ ਲਿਖੀ, ਕਿੰਨੀ ਐਡਵਾਂਸ ਸੋਚ ਸੀ ਉਹਨਾਂ ਦੀ। ਕਹਿੰਦੇ ਜੈਸੇ ਘਰ ਲੱਗ ਕੇ ਆਗ, ਕਿਸੇ ਦੇ ਘਰ ਨੂੰ ਅੱਗ ਲੱਗ ਜਾਏ, ਜਾਗ ਕੂਆ ਖੁਦ ਹੀ ਚਾਹੇ, ਤੇ ਬੰਦਾ ਲੱਗੀ ਹੋਈ ਅੱਗ ਨੂੰ ਬਚਾਉਣ ਵਾਸਤੇ ਵੀ ਖੂਹ ਪੁੱਟਣਾ ਸ਼ੁਰੂ ਕਰ ਦਏ ਤੇ ਇਹ ਸੋਚੇ ਵੀ ਮੈਂ ਖੂਹ ਪੁੱਟ ਕੇ ਪਾਣੀ ਕੱਢ ਕੇ ਤੇ ਅੱਗ ਬੁਝਾ ਲਵਾਂ, ਭਾਈ ਗੁਰਦਾਸ ਸਾਹਿਬ ਕਹਿੰਦੇ ਐਸਾ ਹੋ ਸਕਦਾ ਹੈ? ਤੇ ਸੁਣਨ ਵਾਲਾ ਕਹਿੰਦਾ ਜੀ ਨਹੀਂ, ਉਦੋਂ ਤਾਂ ਘਰ ਸਾਰਾ ਹੀ ਸੜ ਜਾਣਾ, 6 ਮਹੀਨੇ ਪਹਿਲਾਂ ਖੂਹ ਪੁੱਟੇਗਾ ਉਦੋਂ ਤੱਕ ਤਾਂ ਸਾਰਾ ਕੁਝ ਹੀ ਤਬਾਹ। ਸਾਡੇ ਉੱਤੇ ਵੀ ਐਸਾ ਹੀ ਹੋ ਰਿਹਾ ਹੈ, ਅਸੀਂ ਪਹਿਲਾਂ ਇਹ ਸੋਚਦੇ ਹਾਂ ਵੀ ਅੱਗ ਲੱਗੇ ਫਿਰ ਖੂਹ ਅਸੀਂ ਪੁੱਟਾਂਗੇ, ਤੇ ਜਦੋਂ ਤੱਕ ਅੱਗ ਲੱਗਦੀ ਹੈ ਉਦੋਂ ਤੱਕ ਸਾਰਾ ਕੁਝ ਖਤਮ ਹੋ ਜਾਂਦਾ, ਸਾਡੇ ਹੱਥਾਂ 'ਚ ਕਈਆਂ ਬਾਅਦ ਵਿੱਚ ਆਉਂਦੀਆਂ ਜਦੋਂ ਰਹਿੰਦੇ ਕੁੱਖ ਨੂੰ। ਅੱਜ ਸਾਲ ਲੰਘਿਆ ਹੈ ਨਾ ਪਿਛਲਾ, ਇਸ ਸਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਿੱਥੇ ਕਿੱਥੇ ਬੇਅਦਬੀ ਨਹੀਂ ਹੋਈ। ਵੈਸੇ ਕੋਈ ਖੁਸ਼ੀ ਦਾ ਟਾਈਮ ਨਹੀਂ ਸਾਡੇ ਵਾਸਤੇ। ਮੈਂ ਆਮ ਤੌਰ 'ਤੇ ਬੇਨਤੀ ਵੀ ਇਸ ਸਾਲ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਕੀਤੀ ਵੀ ਖੁਸ਼ੀ ਦਾ ਟਾਈਮ ਥੋੜ੍ਹੀ ਹੈ ਕੋਈ, ਇਹ ਹਰ ਇੱਕ ਜਗ੍ਹਾ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ। ਕਿਤੇ ਸਾਨੂੰ ਗਲੀਆਂ ਨਾਲਿਆਂ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੱਤਰੇ ਮਿਲੇ ਨੇ, ਕਿਤੇ ਸਾਨੂੰ ਨਾਲਿਆਂ ਦੇ ਵਿੱਚ ਨਹਿਰਾਂ ਦੇ ਵਿੱਚ ਮਿਲੇ ਨੇ, ਕਿਤੇ ਸਾਨੂੰ ਗਲੀਆਂ ਵਿੱਚ ਖਿਲਰੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਮਿਲੇ ਨੇ। ਹਾਂ ਦਿਲ ਪਾਟਦਾ ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਚੇਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਦਬੀ ਹੋਈ, ਸਰਕਾਰ ਸਾਡੀ ਸਾਡੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਦਬੀ ਹੁੰਦੀ ਹੈ ਤੇ ਉੱਥੇ ਸਾਡੀਆਂ ਸਰਕਾਰਾਂ ਚੂੰ ਤੱਕ ਨਹੀਂ ਕਰਦੀਆਂ। ਜਿਹੜੇ ਖੁਦ ਨੂੰ ਕਹਿੰਦੇ ਨੇ ਅਸੀਂ ਅਕਾਲੀ ਹੁੰਦੇ ਹਾਂ ਉਹ ਚੂੰ ਤੱਕ ਨਹੀਂ ਕਰਦੇ, ਸਗੋਂ ਜਦੋਂ ਅਸੀਂ ਪਿੱਛੇ ਬਹਿ ਕੇ ਜਾਂਦੇ ਹਾਂ ਤੇ ਸਾਨੂੰ ਇਹ ਪਤਾ ਲੱਗਦਾ ਵੀ ਇਹਨਾਂ ਦੀਆਂ ਹੀ ਕਰਤੂਤਾਂ ਨੇ ਜਿਹੜੀਆਂ ਮੂਹਰੇ ਸਾਡੇ ਆਈਆਂ, ਵੀ ਕੋਈ ਖੁਸ਼ੀ ਥੋੜ੍ਹੀ ਹੈ। ਚਲੋ ਉਹ ਦੂਰ ਨਾ ਦੂਰ ਚਲੇ ਜਾਓ, ਚਲੋ ਗੱਲ ਆਪਾਂ ਕਈ ਵਾਰ ਸੋਚਦੇ ਹਾਂ ਵੀ ਚਲੋ ਜੀ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ, ਪਰ ਇਹਨੂੰ ਤੁਸੀਂ ਕਦੇ ਭੁਲਾਇਓ ਨਾ ਵੀ ਜਿਹੜੇ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਵਾਈ ਹੈ ਉਹ ਉਹਨਾਂ ਬੰਦਿਆਂ ਨੂੰ ਕਦੇ ਬਖਸ਼ਣਾ ਨਹੀਂ। ਦਸੰਬਰ ਦਾ ਮਹੀਨਾ ਲੰਘਿਆ, ਦਸੰਬਰ ਦਾ ਇੱਕ ਹਫ਼ਤਾ ਐਸਾ ਹੁੰਦਾ ਹੈ
ਜਦੋਂ ਇੱਕ ਹਫ਼ਤੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਜਾਂਦਾ। ਸਮਾਂ ਨਾ ਵੀ ਉਦੋਂ ਵੀ ਤਾਂ ਅੰਗਰੇਜ਼ਾਂ ਦੇ ਸਾਲ ਸੀ ਚੱਲਦੇ ਸੀ, ਲੇਕਿਨ ਕਿਹੜੀ ਸਿੱਖਾਂ ਨੇ ਖੁਸ਼ੀ ਮਨਾਈ ਹੋਵੇਗੀ ਉਸ ਟਾਈਮ ਜਦੋਂ ਇੱਕ ਐਸਾ ਹਫ਼ਤਾ ਆਇਆ ਜਿਸ ਹਫ਼ਤੇ ਦੇ ਵਿੱਚ ਸਰਸਾਂ ਨੇ ਤਿੰਨ ਹਿੱਸੇ ਕੀਤੇ, ਇੱਕ ਜੋੜਾ ਸਰਹੰਦ, ਇੱਕ ਜੋੜਾ ਚਮਕੌਰ, ਸਾਰਾ ਖੇਰੂ ਖੇਰੂ ਹੋ ਗਿਆ। ਸਰਹੰਦ ਦੀਆਂ ਦੀਵਾਰਾਂ ਵਿੱਚ ਸਾਹਿਬਜ਼ਾਦੇ ਚਿਣ ਕੇ ਸ਼ਹੀਦ ਕਰ ਦਿੱਤੇ ਗਏ, ਚਮਕੌਰ ਦੀ ਗਲੀ ਦੇ ਵਿੱਚ ਸਾਹਿਬਜ਼ਾਦੇ ਵੱਡੇ ਸ਼ਹੀਦ ਹੋ ਗਏ, ਤੇ ਹੱਸ ਸ਼ਹੀਦੀ ਪਾ ਗਿਆ। ਜਦ ਲਾਲ ਛੁਟੇਰਾ ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ, ਹੱਥ ਬੰਨ ਬੋਲੇ ਸਤਿਗੁਰੂ ਵਾ ਭਾਣਾ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗਿਆ ਮੇਰਾ, ਹੁਕਮਰ ਜਾਈ ਚੱਲਣਾ ਜੋ ਕਰੇ ਚੰਗੇਰਾ, ਹੋਵਾਂ ਕੈਥੋਂ ਸੁਰਖਰੂਪਣ ਪਾਲ ਉਚੇਰਾ। ਅਖੀਰ ਚ ਕਹਿੰਦੇ ਨੇ ਵਾਹ ਵਾਹ ਗੋਬਿੰਦ ਸਿੰਘ ਧੰਨ ਤੇਰਾ ਜੇਰਾ। ਉਹ ਵੀ ਸਮਾਂ ਹੈ ਕਹਿੰਦੇ ਉਸ ਔਖੀਆਂ ਸਮੇਂ ਦੀਆਂ ਘਾਟੀਆਂ ਚੋਂ ਇੱਕ ਬੇਨਤੀ ਮੈਂ ਕਰ ਦੇਵਾਂ, ਗੁੱਸਾ ਨਾ ਕਰਿਓ ਇਸ ਗੱਲ ਦਾ। ਸਭ ਤੋਂ ਮਾੜਾ ਟਾਈਮ ਸਾਡੇ ਗੁਰੂ ਸਾਹਿਬਾਨਾਂ ਤੇ ਆਇਆ ਹੈ, ਉਹਨਾਂ ਨੇ ਭੁਗਤਿਆ ਹੈ। ਕੀ ਇਹਦੇ ਤੋਂ ਮਾੜਾ ਟਾਈਮ ਹੋਵੇਗਾ ਜਦੋਂ ਗੁਰੂ ਅਰਜਨ ਸਾਹਿਬ ਕੱਚੀ ਤਵੀ ਤੇ ਬੈਠੇ ਨੇ ਤੇ ਉਹਨਾਂ ਦੇ ਸੀਸ ਉੱਤੇ ਚੰਦੂ ਰੇਤ ਪਾ ਰਿਹਾ ਹੈ, ਭੜਕੂਜਾ ਰੇਤ ਪਾ ਰਿਹਾ ਹੈ, ਚੰਦੂ ਦੇ ਹੁਕਮ ਨਾਲ ਹੇਠਾਂ ਅੱਗ ਡਾਈ ਜਾ ਰਹੀ ਹੈ। ਉਹ ਕਿੱਦਾਂ ਦਾ ਟਾਈਮ ਸੀ, ਕਿੱਦਾਂ ਦਾ ਸਮਾਂ ਸੀ ਉਹ, ਕਿ ਉਸ ਟਾਈਮ ਦੇ ਵਿੱਚ ਉਸ ਸਮੇਂ ਦੇ ਵਿੱਚ ਜਿਹੜੇ ਸਿੱਖ ਹੋਣਗੇ ਕਿੱਦਾਂ ਦਿਨ ਉਹਨਾਂ ਦੇ ਵਿਰੁੱਧ ਗਏ ਹੋਣਗੇ। ਜਦੋਂ ਤੱਤੀ ਤਵੀ ਤੇ ਮੇਰੇ ਬਾਪੂ ਬੈਠੇ ਨੇ ਕਿੱਦਾਂ ਉਹਨਾਂ ਦਾ ਲਹੂ, ਕਿੱਦਾਂ ਉਹਨਾਂ ਦੀ ਮਿੱਝ ਪਿੱਗਲ ਪਿੱਗਲ ਕੇ ਉਸ ਤੱਤੀ ਤਵੀ ਦੇ ਉੱਤੇ ਪਈ ਹੋਵੇਗੀ, ਜਦੋਂ ਰੇਤ ਗਰਮ ਗਰਮ ਪਾਈ ਜਾ ਰਹੀ ਹੋਵੇਗੀ, ਕਿਵੇਂ ਉਹ ਰੇਤ ਦੇ ਨਾਲ ਪੂਰਾ ਸਰੀਰ ਵਿੱਚਿਆ ਗਿਆ ਹੋਵੇਗਾ, ਰੇਤ ਖੁੱਭ ਗਈ ਹੋਵੇਗੀ ਸਰੀਰ ਦੇ ਇੱਕ ਇੱਕ ਪਾਰਟ ਦੇ ਵਿੱਚ। ਕਿੱਦਾਂ ਦਾ ਟਾਈਮ ਸੀ, ਪਰ ਉਹ ਔਖਾ ਟਾਈਮ ਮੇਰੇ ਮਾਲਕ ਨੇ ਵੇਖਿਆ ਤੇ ਕਿਹਾ ਉਲਾਹ ਨੂੰ ਮੈਂ ਕਾਹੂ ਨਾ ਦੀਓ, ਮਨ ਮੀਤ ਤੁਹਾਰੂ ਕੀ ਹੋ, ਮੈਂ ਉਲਾਮਾ ਨਹੀਂ ਮਾਰਦਾ, ਅਸੀਂ ਤਾਂ ਪੈਰ 'ਚ ਖੰਡਾ ਵੱਜ ਜਾਏ ਤੇ ਕਹਿੰਦੇ ਹਾਂ ਰੱਬਾ ਤੇਰਾ ਅਸੀਂ ਕੀ ਵਿਗਾੜਿਆ, ਪੈਰ 'ਚ ਖੰਡਾ ਵੱਜ ਗਿਆ, ਅਸੀਂ ਹਰ ਗੱਲ 'ਤੇ ਰੱਬ ਨੂੰ ਉਲਾਮੇ ਮਾਰਦੇ। ਉਹਨਾਂ ਨੇ ਸਭ ਤੋਂ ਮਾੜਾ ਟਾਈਮ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਪੜ੍ਹ ਕੇ ਵੇਖ ਲਓ ਕਿੰਨਾ ਮਾੜਾ ਟਾਈਮ ਸੀ। ਉਹ ਸੀ ਸਲਾਹ ਦਿੱਤਾ ਗਿਆ ਬਗੈਰ ਕਿਸੇ ਗੱਲ ਤੋਂ, ਕੀ ਉਹਨਾਂ ਨੇ ਕੁਛ ਕੀਤਾ ਕਿ ਜ਼ਮੀਨ ਹੜੱਪੀ ਜਾਂ ਕਿਸੇ ਕੋਲ ਪੈਸੇ ਲੈ ਕੇ ਵਾਪਸ ਨਹੀਂ ਮੋੜੇ ਜਾਂ ਕੁਛ ਹੋਰ ਕੁਛ ਗਲਤ ਕੀਤਾ, ਕੇਵਲ ਇੰਨਾ ਕੁ ਕਿਹਾ ਵੀ ਮੈਂ ਇਹਨਾਂ ਗਰੀਬਾਂ ਉੱਤੇ ਜ਼ੁਲਮ ਹੁੰਦਾ ਹੋਇਆ ਨਹੀਂ ਦੇਖ ਸਕਦਾ, ਸੀ ਸਲਾਹ ਦਿੱਤਾ। ਕਿੰਨਾ ਮਾੜਾ ਟਾਈਮ ਸੀ, ਚਮਕੌਰ ਦੀ ਕੱਚੀ ਗੜੀ ਵਿੱਚੋਂ ਮੇਰੇ ਸਤਿਗੁਰੂ ਨਿਕਲੇ ਨੇ। ਸਮੇਂ ਦੀ ਹੀ ਗੱਲ ਹੈ, ਸਮੇਂ ਉੱਤੇ ਹੀ ਮੈਂ ਸਮਾਪਤੀ ਕਰਨੀ ਹੈ, ਪਰ ਮੈਂ ਤੁਹਾਨੂੰ ਅੱਜ ਇੰਨਾ ਕੋਈ ਅਹਿਸਾਸ ਕਰਾਉਣਾ ਚਾਹੁੰਦਾ ਵੀ ਸਮਾਂ ਕਦੇ ਖੁਸ਼ੀ ਦਾ ਨਹੀਂ ਹੁੰਦਾ, ਸਮਾਂ ਕਦੇ ਗਮੀ ਦਾ ਨਹੀਂ ਹੁੰਦਾ। ਥਿੱਤੀ ਵਾਰ ਸੇਵੇ ਮੁਗਧ ਗਵਾਰ, ਉਹ ਮੂਰਖ ਲੋਕ ਹੁੰਦੇ ਨੇ ਜਿਹੜੇ ਸਮੇਂ ਦੇ ਕੁਝ ਪਾਠ ਕਰਕੇ ਕਹਿੰਦੇ ਅੱਜ ਖੁਸ਼ੀ ਦਾ ਤੇ ਕੱਲ੍ਹ ਨੂੰ ਗਮੀ ਦਾ ਹੋਣਾ। ਗੁਰਬਾਣੀ ਨਹੀਂ ਬਣਦੀ ਇਸ ਨੂੰ, ਗੁਰਬਾਣੀ ਕਹਿੰਦੀ ਉਹ ਸਮਾਂ ਸਫਲ ਹੈ ਜਿਹੜੇ ਸਮੇਂ 'ਚ ਰੱਬ ਯਾਦ ਆ ਜਾਏ, ਤੇ ਉਹ ਸਮਾਂ ਅੱਧ ਘਟੀਆ ਜਿਹੜੇ ਸਮੇਂ 'ਚ ਰੱਬ ਭੁੱਲ ਜਾਏ, ਆਖਾਂ ਜੀਵਾਂ ਵਿਸਰੇ ਮਰ ਜਾਓ। ਸੁਣ ਸੁਣ ਜੀਵਾਂ ਸੋਏ ਤੁਮਾਰੀ, ਜਦੋਂ ਮੈਂ ਸੁਣਦਾ ਹੈ ਤੇਰੀ ਵਿਚਾਰ ਮੈਨੂੰ ਜੀਵਨ ਮਿਲਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਖਾਂ ਨੇ ਕਿਹਾ ਸਤਿਗੁਰੂ ਜੁੱਤੀ ਲਾ ਦਿਓ, ਖੜਾਕ ਨਹੀਂ ਹੋਣਾ ਚਾਹੀਦਾ, ਕਿਉਂਕਿ ਜੁੱਤੀ ਪਾ ਕੇ ਜਾਵਾਂਗੇ ਤੇ ਖੜਾਕ ਹੋਏਗਾ, ਇੱਕ ਰਣਨੀਤੀ ਹੈ। ਮੈਨੂੰ ਕਿਤੇ ਕਿਸੇ ਵੀਰ ਨੇ ਸਵਾਲ ਕੀਤਾ, ਆਪਣੇ ਸਿੱਖ ਭਾਈ ਹੈ ਸਵਾਲ ਪਤਾ ਕੀ ਕਰਦਾ, ਮੈਂ ਕਈ ਵਾਰ ਇਹ ਸੋਚਦਾ ਵੀ ਇੰਨੇ ਪਤਾ ਨਹੀਂ ਘਟੀਆ ਘਟੀਆ ਸਵਾਲ ਉਹਨਾਂ ਦੇ ਦਿਮਾਗ 'ਚ ਕਿੱਥੋਂ ਆਉਂਦੇ, ਕਦੇ ਪੋਜ਼ਿਟਿਵ ਨਹੀਂ ਸੋਚਦੇ, ਉਹ ਨੈਗੇਟਿਵ ਸੋਚਦੇ। ਕਹਿੰਦੇ ਗੁਰੂ ਗੋਬਿੰਦ ਸਿੰਘ ਡਰ ਕੇ ਭੱਜੇ ਸੀ, ਆਹ ਸਵਾਲ ਮੈਨੂੰ ਕਰਦਾ ਉਹ ਕੀ, ਕਹਿੰਦੇ ਗੁਰੂ ਗੋਬਿੰਦ ਸਿੰਘ ਕਹਿੰਦਾ ਭਾਈ ਸਾਹਿਬ ਮੈਂ ਤੁਹਾਡੀ ਕਥਾ ਸੁਣ ਰਿਹਾ ਸੀ, ਕਹਿੰਦਾ ਹੰਝੂ ਵੀ ਬੜੇ ਆਏ ਸੁਣਦੇ ਹਾਂ, ਪਰ ਕਹਿੰਦਾ ਮੈਨੂੰ ਇੱਦਾਂ ਲੱਗਾ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਡਰ ਕੇ ਭੱਜ ਗਏ। ਮੈਂ ਕਿਹਾ ਓਏ ਮੁਗਦਾ ਮੂਰਖਾ, ਡਰ ਕੇ ਨਹੀਂ ਭੱਜੇ, ਇਹ ਇੱਕ ਰਣਨੀਤੀ ਸੀ, ਇੰਨੀ ਕੁ ਗੱਲ ਹੈ। ਪਰ ਉਹ ਸਾਡੀ ਸੋਚ ਅਜੇ ਉੱਥੇ ਕੜੀ ਵੀ ਗੁਰੂ ਗੋਬਿੰਦ ਸਿੰਘ ਖੌਰੇ ਡਰ ਕੇ ਭੱਜ ਗਏ। ਯਾਦ ਰੱਖਿਓ ਸਿੱਖ ਨੂੰ ਦੋਨੋਂ ਚੀਜ਼ਾਂ ਸਿਖਾਈਆਂ ਨੇ, ਧਰਮ ਤੇ ਰਾਜਨੀਤੀ। ਜੇ ਰਾਜਨੀਤੀ ਨਹੀਂ ਤੇ ਅਸੀਂ ਕੁੱਟ ਪੂਰੀ ਲਾਈਫ ਖਾਵਾਂਗੇ,
ਤੇ ਜੇ ਧਰਮ ਹੈ ਰਾਜਨੀਤੀ ਵੀ ਸਾਨੂੰ ਸੋਹਣੀ ਆਏਗੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਮੈਂ ਆਪਣੀ ਗੱਲ ਵੱਲ ਆ ਜਾਵਾਂ। ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਰੇ ਨੇ, ਇੱਕ ਠੋਕਰ ਲੱਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੈਰ ਨੂੰ। ਗੱਲ ਭਾਵੁਕ ਵਾਲੀ ਹੈ, ਭਾਵੁਕ ਕਰੇਗੀ ਤੁਹਾਨੂੰ, ਪਰ ਕੋਸ਼ਿਸ਼ ਕਰਿਓ, ਮੈਂ ਵੀ ਚੜ੍ਹਦੀ ਕਲਾ 'ਚ ਰਹਾਂਗਾ, ਤੁਸੀਂ ਵੀ ਰਿਹੋ। ਠੋਕਰ ਲੱਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੈਰ ਨੂੰ। ਉਹ ਵਿਦਵਾਨ ਜਿਹੜਾ ਲਿਖਦਾ ਉਹ ਕਹਿੰਦਾ ਠੋਕਰ ਪਤਾ ਕਿਹਦੀ ਹੈ? ਬਾਬਾ ਅਜੀਤ ਸਿੰਘ ਦੇ ਸਰੀਰ ਦੀ। ਉਹ ਸਰੀਰ ਜਿਹੜਾ ਲਹੂ ਲੁਹਾਣ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੈਰ ਨੂੰ ਵੱਜਿਆ। ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਪੁੱਤ ਦੀ ਲਾਸ਼ ਟੱਪ ਕੇ ਅਗਾਂਹ ਚਲੇ ਗਏ। ਪਿੱਛੋਂ ਭਾਈ ਦਇਆ ਸਿੰਘ ਆਏ ਨੇ, ਤੁਸੀਂ ਕਦੇ ਪੜ੍ਹਿਓ ਸਫਰੀ ਨੂੰ ਪੜ੍ਹਿਓ, ਜਦੋਂ ਕਦੇ ਪੜ੍ਹੋਗੇ, ਮੇਰੇ ਖਿਆਲ 'ਚ ਉਹਨਾਂ ਦੀ ਕਵਿਤਾ ਤਾਂ ਬੜੀ ਮਸ਼ਹੂਰ ਹੈ, ਇੰਟਰਨੈਟ ਉੱਤੇ ਪਈ ਹੋਈ, ਤੁਹਾਨੂੰ ਰਵਾ ਦੇਵੇਗੀ, ਭਾਵੇਂ ਜਿੰਨੇ ਮਰਜ਼ੀ ਖੁਸ਼ੀ ਦੇ ਮੌਕੇ 'ਚ ਤੁਸੀਂ ਹੱਸਦੇ ਹੱਸਦੇ ਖੇਡਦੇ ਹੋਵੋਗੇ, ਲੇਕਿਨ ਉਹ ਸਮਾਂ ਤੁਹਾਨੂੰ ਰਵਾ ਦੇਵੇਗਾ। ਸੱਚ ਜਾਣੋ ਮੇਰਾ, ਮੈਂ ਤੁਹਾਨੂੰ ਸੱਚ ਕਿਹਨੇ ਰਵਾ ਦੇਵੇਗਾ ਸਮਾਂ। ਕਹਿੰਦੇ ਬਾਪੂ ਜਦੋਂ ਟੱਪ ਕੇ ਅਗਾਂਹ ਗਏ ਨਾ, ਤੇ ਪਿੱਛੋਂ ਭਾਈ ਦਇਆ ਸਿੰਘ ਆਏ ਨੇ, ਉਹਨਾਂ ਨੇ ਵੇਖਿਆ ਤੇ ਅੱਖਾਂ ਦੇ ਵਿੱਚੋਂ ਨੀਰ ਆ ਗਿਆ। ਉਹਨਾਂ ਨੇ ਆਪਣਾ ਕਮਰ ਕੱਸਾ ਖੋਲਿਆ, ਸਾਹਿਬਜ਼ਾਦੇ ਉੱਤੇ ਦੇਣ ਲੱਗੇ। ਬਾਪੂ ਨੇ ਪਿਛਾਂਹ ਮੁੜ ਕੇ ਵੇਖਿਆ, ਕਹਿੰਦੇ ਦਇਆ ਸਿੰਘ ਰੁਕਿਆ ਕਿਉਂ? ਭਾਈ ਦਇਆ ਸਿੰਘ ਜੀ ਕਹਿੰਦੇ, ਬਾਪੂ ਤੇਰੇ ਵਰਗਾ ਜੀਰਾ ਮੇਰੇ ਕੋਲ ਤਾਂ ਨਹੀਂ, ਤੇਰਾ ਜੀਰਾ ਵੱਡਾ ਹੈ, ਮੇਰਾ ਜੀਰਾ ਨਹੀਂ। ਜੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਲਾਸ਼ ਅੱਜ ਆਨੰਦਪੁਰ ਸਾਹਿਬ ਦੀ ਜਗ੍ਹਾ ਤੇ ਪਈ ਹੁੰਦੀ, ਉਸ ਧਰਤੀ ਤੇ ਪਈ ਹੁੰਦੀ, ਤੇ ਕਰੋੜਾਂ ਦੁਸ਼ਾਲੇ ਇਹਨਾਂ ਦੀ ਲਾਸ਼ ਟੱਕਣ ਵਾਸਤੇ ਹੋਣੇ ਸੀ, ਪਰ ਅੱਜ ਮੇਰੇ ਕੋਲ ਮੇਰਾ ਇਕੱਲਾ ਕਮਰ ਕੱਸਾ ਹੈ, ਅੱਜ ਮੈਂ ਉਹ ਕਮਰ ਕੱਸਾ ਖੋਲ੍ਹ ਕੇ ਸਾਹਿਬਜ਼ਾਦੇ ਦੀ ਲਾਸ਼ ਢੱਕਣ ਦਾ ਯਤਨ ਕਰਨ ਲੱਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਮੁੜ ਕੇ ਵੇਖ ਕੇ ਪਤਾ ਕੀ ਕਿਹਾ ਭਾਈ ਦਇਆ ਸਿੰਘ ਨੂੰ? ਸ਼ਬਦ ਉਹਨੇ ਵਰਤੇ, ਕਹਿੰਦੇ ਨੇ, ਸੁਣ ਕਰ ਬਾਤ ਗੁਰੂ ਜੀ ਬੋਲੇ, ਕਹਿਣ ਲੱਗੇ ਭਾਈ ਗੁਰਸਿੱਖਾ। ਸੁਣ ਕਰ ਬਾਤ ਗੁਰੂ ਜੀ ਬੋਲੇ, ਕਹਿਣ ਲੱਗੇ ਭਾਈ ਗੁਰਸਿੱਖਾ, ਧਰਮ ਕੀ ਰਾਹ ਤੇ ਜੋ ਹੈ ਮਰਤੇ ਨਹੀਂ, ਕਫਨ ਕਿਸਮਤ ਮੇ ਲਿਖਾ। ਸ਼ਹੀਦ ਕੇ ਮੂੰਹ ਪੇ ਕਫਨ ਕਾ ਪਰਦਾ, ਯੇ ਸ਼ਹਾਦਤ ਕਾ ਦਸਤੂਰ ਨਹੀਂ ਹੈ, ਕੇਵਲ ਮੇਰਾ ਬੇਟਾ ਕਫਨ ਮੇ ਲੇਟੇ, ਯੇ ਮੁਝਕੋ ਮਨਜ਼ੂਰ ਨਹੀਂ ਹੈ। ਔਰ ਵੀ ਕਿਤਨੇ ਲਾਲ ਹੈ ਮੇਰੇ, ਜਿਨ੍ਹੋਂ ਨੇ ਯਹਾਂ ਸ਼ਹੀਦੀ ਪਾਈ, ਪੁਰਜਾ ਕੱਟ ਮਰੇ, ਲੇਕਿਨ ਦੁਸ਼ਮਣ ਕੋ ਨਹੀਂ ਪਿੱਠ ਦਿਖਲਾਈ। ਕਹਿੰਦੇ ਇੱਕ ਕੇ ਸੰਗ ਪਿਆਰ ਜਤਾਨਾ, ਜੇ ਕਹੀਂ ਕਾ ਇਨਸਾਫ਼ ਨਹੀਂ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ, ਬੇਟੋ ਮੇ ਵੀ ਜੋ ਫਰਕ ਸਮਝੇ, ਐਸਾ ਵੀ ਕੋਈ ਬਾਪ ਨਹੀਂ ਹੈ। ਲੋਕ ਤਾਨੇ ਮਾਰਨਗੇ, ਮੇਰੇ ਪੁੱਤ ਦੀ ਲਾਸ਼ ਢੱਕ ਲਈ, ਬਾਕੀ ਮਾਵਾਂ ਦੇ ਪੁੱਤ ਉਹਨਾਂ ਦੀਆਂ ਲਾਸ਼ਾਂ ਨੂੰ ਜਾਨਵਰ ਖਾਂਦੇ ਰਹੇ। ਕਹਿੰਦੇ ਨਹੀਂ, ਜੇ ਢੱਕਣ ਲੱਗਿਆ ਤੇ ਸਾਰਿਆਂ ਦੀਆਂ ਲਾਸ਼ਾਂ ਨੂੰ ਢੱਕ ਦੇ, ਮੈਂ ਇੰਨੀ ਕੋ ਗੱਲ ਕਹਿ ਕੇ ਅਗਾਂਹ ਤੁਰਾਂ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਰੋਕਿਆ ਨਹੀਂ ਢੱਕਣੀ। ਯਾਦ ਰੱਖਿਓ, ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਰੁਲੀਆਂ ਨੇ ਉੱਥੇ, ਸਿੱਖਾਂ ਦੀਆਂ ਲਾਸ਼ਾਂ ਰੁਲੀਆਂ ਨੇ ਉੱਥੇ। ਸਮਾਂ ਪਾ ਕੇ ਫਿਰ ਇੱਕ ਬੀਬੀ ਨੇ ਸੰਸਕਾਰ ਕੀਤਾ ਸੀ। ਉਸ ਬੀਬੀ ਨੂੰ ਬਾਅਦ ਵਿੱਚ ਉਹਨਾਂ ਨੇ, ਜਿਹੜੇ ਮੁਗਲ ਸਨ, ਫੌਜੀ ਸਨ, ਉਹਨਾਂ ਨੇ ਵੇਖਿਆ ਵੀ ਇੱਥੇ ਇੱਕ ਚਿੱਟਾ ਜਲ ਰਹੀ ਹੈ, ਕੌਣ ਹੈ ਜਿਹੜਾ ਜਲਾ ਰਿਹਾ ਹੈ? ਅਤੇ ਉਸ ਬੀਬੀ ਨੂੰ ਵੀ ਚੱਕ ਕੇ ਉਹਨਾਂ ਨੇ ਉਸੇ ਅੱਗ ਦੇ ਵਿੱਚ ਸੁੱਟ ਦਿੱਤਾ ਸੀ। ਉਹ ਬੀਬੀ ਵੀ ਭਾਗਾਂ ਵਾਲੀ ਬਣ ਗਈ। ਜੇ ਡਿਟੇਲ ਨਾਲ ਤੁਸੀਂ ਪੜ੍ਹਨਾ ਚਾਹੁੰਦੇ ਹੋ ਨਾ, ਤਾਂ ਬਹੁਮੁੱਲੇ ਲੇਖ ਸਰਦਾਰ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਹੈ, ਉਹਦੇ ਵਿੱਚ ਇਹ ਲੇਖ ਹੈਗਾ, ਤੁਸੀਂ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ। ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੋਂ ਤੁਰੇ ਨੇ, ਤੁਰਦਿਆਂ ਮਾਛੀਵਾੜੇ ਪਹੁੰਚੇ ਨੇ, ਪਿੰਡ ਦਾ ਸਰਾਣਾ ਲਾ ਕੇ ਬੈਠੇ। ਜਿਹੜੀ ਮੈਂ ਸਮੇਂ ਦੀ ਤੁਹਾਨੂੰ ਗੱਲ ਕਰਨ ਲੱਗਾ, ਇੱਕ ਸੱਚੇ ਪਾਤਸ਼ਾਹ ਦੇ ਜੀਵਨ ਵਿੱਚੋਂ ਅਤ ਔਖਾ ਟਾਈਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੇ ਉੱਤੇ ਆਇਆ। ਕਹਿੰਦੇ ਜਦੋਂ ਚੱਲਦਿਆਂ ਚੱਲਦਿਆਂ ਸਾਬੋ ਕੀ ਤਲਵੰਡੀ ਨੂੰ ਜਾ ਪਹੁੰਚੇ, ਅੱਜ ਡੱਲੇ ਦੇ ਕੋਲ ਹੈ, ਤੇ ਡੱਲਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਬਹਿ ਕੇ ਕਹਿੰਦੇ, ਬਾਪੂ ਜੇ ਮੈਂ ਕਿਤੇ ਉਦੋਂ ਤੁਹਾਡੇ ਕੋਲ ਹੁੰਦਾ ਤੇ ਆਹ ਟਾਈਮ ਨਹੀਂ ਸੀ ਆਉਣਾ। ਜੇ ਮੈਂ ਹੁੰਦਾ ਨਾ,
ਤੇ ਤੁਹਾਡੇ ਉੱਤੇ ਮੈਂ ਟਾਈਮ ਨਹੀਂ ਸੀ ਆਉਣ ਦੇਣਾ। ਸਤਿਗੁਰੂ ਕਹਿੰਦੇ ਵੀ ਕਿਉਂ ਡੱਲਿਆ, ਵੀ ਤੇਰੇ ਕੋਲ ਕਿਹੜੀ ਜਾਦੂ ਦੀ ਛੜੀ ਹੈ ਜਿਹੜੀ ਤੂੰ ਘੁਮਾਉਂਦਾ ਤੇ ਉਹ ਟਾਈਮ ਨਹੀਂ ਸੀ ਆਉਣਾ। ਡੱਲਾ ਕਹਿੰਦਾ ਮੇਰੇ ਕੋਲ ਮੇਰੇ ਯੋਧੇ ਸੂਰਬੀਰ ਜਰਨੈਲ ਹੈ, ਉਹਨਾਂ ਨੇ ਇਹੋ ਜਿਹੀ ਜੰਗ ਕਰਨੀ ਸੀ, ਇਹੋ ਜਿਹੇ ਹੱਥ ਵਿਖਾਉਣੇ ਸੀ, ਮੁਗਲਾਂ ਦੇ ਦੰਦ ਖੱਟੇ ਕਰ ਦੇਣੇ ਸੀ। ਸਤਿਗੁਰੂ ਸੱਚੇ ਪਾਤਸ਼ਾਹ ਸੁਣਦੇ ਰਹੇ ਵੀ ਆਹ ਟਾਈਮ ਦੇ ਵਿੱਚ ਡੱਲਾ ਜੇ ਹੰਕਾਰ ਦੇ ਘੋੜੇ ਉੱਤੇ ਸਵਾਰ ਹੋਇਆ ਵੀ ਇਹਨੇ ਉਤਰਨਾ ਨਹੀਂ ਅਜੇ ਥੱਲੇ, ਵੀ ਇਹਨੂੰ ਉਤਾਰਨਾ ਕਿੱਦਾਂ ਇਹ ਵੀ ਗੁਰੂ ਜਾਣਦੇ ਹੈ। ਵੈਸੇ ਤਾਂ ਸਤਿਗੁਰ ਨੇ ਪਾਉਣ ਬਾਣੀ 'ਚ ਕਿਹਾ ਕਿ ਅਹੰਮ ਤੋਰੋ ਮੁੱਖ ਜੋੜੋ, ਮੇਰੇ ਨਾਲ ਜੁੜਨਾ ਹੈ ਹਉਮੈ ਨੂੰ ਛੱਡ ਕੇ ਆਓ। ਪਰ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਦੋਂ ਗੁਰੂ ਘਰ ਵਿੱਚ ਆਉਂਦੇ ਹਾਂ ਅਤੇ ਦਿਲ ਵਿੱਚ ਐਡਾ ਤਗੜਾ ਪੱਥਰ ਹੰਕਾਰ ਦਾ ਲੈ ਕੇ ਆਉਂਦੇ ਹਾਂ, ਉਹ ਛੱਡਦੇ ਨਹੀਂ। ਅਤੇ ਗੁਰੂ ਅਰਜਨ ਸਾਹਿਬ ਨੇ ਕਿਹਾ ਵੀ ਗਲ 'ਚ ਪੱਥਰ ਬੰਨ ਕੇ ਸਮੁੰਦਰ ਨਹੀਂ ਤਰਿਆ ਜਾਂਦਾ ਭਾਈ, ਉਹ ਡੁੱਬੇਗਾ ਤੁਹਾਨੂੰ। ਹੰਕਾਰ ਪੱਥਰ ਹੈ, ਉਹਨੂੰ ਸੁੱਟ ਕੇ ਆਓ ਫਿਰ ਗੱਲ ਬਣੇਗੀ। ਉਹਨੇ ਟਾਈਮ ਨੂੰ ਸਤਿਗੁਰੂ ਦੇ ਕੋਲ ਇੱਕ ਸਿੱਖ ਆਇਆ, ਗਰੀਬੜਾ ਜਿਹਾ ਸਿੱਖ, ਹੱਥ ਵਿੱਚ ਇੱਕ ਬੰਦੂਕ ਪਕੜੀ। ਬਾਪੂ ਮੈਂ ਖੁਦ ਬਣਾਈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਬੰਦੂਕ ਤਾਂ ਬੜੀ ਸੋਹਣੀ ਬਣਾਈ, ਫਿਰ ਇਹਦੀ ਪਰਖ ਵੀ ਕਰ ਲਈਏ। ਕਹਿੰਦੇ ਸੱਚੇ ਪਾਤਸ਼ਾਹ ਇਹ ਤੁਹਾਡਾ ਹੁਕਮ, ਤੁਹਾਡੀ ਰਜ਼ਾ, ਤੁਹਾਡਾ ਭਾਣਾ, ਇਹ ਤੁਹਾਡੀ ਖੁਸ਼ੀ। ਸਤਿਗੁਰੂ ਨੇ ਕਿਹਾ ਡੱਲਿਆ ਉਹ ਰਿਹਾ ਜਰਾਕ, ਆਪਣੇ ਯੋਧੇ ਲੈ ਕੇ ਆ, ਅਸੀਂ ਬੰਦੂਕ ਪਰਖਣੀ, ਅਸੀਂ ਬੰਦੂਕ ਪਰਖਣੀ, ਆਪਣੇ ਯੋਧੇ ਲਿਆ, ਜਾਂ ਆਪ ਮੂਹਰੇ ਖੜ ਜਾ, ਜਾਂ ਆਪਣਾ ਕੋਈ ਜਰਨੈਲ ਯੋਧਾ ਲਿਆ। ਹੁਣ ਡੱਲਾ ਦੋ ਕਦਮ ਪਛਾਹ ਹੋ ਕੇ ਕਹਿੰਦੇ ਬਾਪੂ ਜੀ ਕੋਈ ਕਬੂਤਰ ਕਬਾਤਰ ਮਾਰ ਲਓ, ਕੋਈ ਘੁੱਗੀ ਘੁੱਗੀ ਬਟੇਰਾ ਬਟੂਰਾ ਮਾਰ ਲਓ, ਬੰਦਾ ਕਾਹਨੂੰ ਮਾਰਦੇ ਹੋ, ਬੰਦੂਕ ਹੀ ਪਰਖਣੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਬੰਦੂਕ ਜਾਨਵਰਾਂ 'ਤੇ ਨਹੀਂ ਪਰਖੀ ਜਾਂਦੀ, ਅਸੀਂ ਤਾਂ ਬੰਦਿਆਂ 'ਤੇ ਪਰਖਦੇ ਹੁੰਦੇ ਹਾਂ। ਕਿਉਂਕਿ ਇੱਥੇ ਤਾਂ ਸਤਿਗੁਰੂ ਨੇ ਕਮਾਲ ਦੀ ਗੱਲ ਕਹੀ, ਪਹਿਲਾਂ ਮਰਨ ਕਬੂਲ ਜੀਵਨ ਕੀ ਛੜਿਆ, ਉਹ ਜੀ ਹੁੰਗਾਰਾ ਭਰਿਆ ਕਰੋ, ਪਹਿਲਾਂ ਮਰਨ ਕਬੂਲ ਜੀਵਨ ਕੀ ਹੋ ਸਕਣਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਇੱਥੇ ਤਾਂ ਪਹਿਲਾਂ ਮਰਨਾ ਕਬੂਲ ਹੈ, ਜੀਵਨ ਤਾਂ ਬਾਅਦ ਵਿੱਚ ਹੈ ਨਾ, ਵੀ ਪਹਿਲਾਂ ਮਰਨ ਦੀ ਗੱਲ ਕਹੀ ਹੈ ਸਤਿਗੁਰੂ ਨੇ। ਸਤਿਗੁਰੂ ਨੇ ਕਿਹਾ ਜਦੋਂ ਡੱਲੇ ਗੱਲਾਂ ਪਛਾਣ ਗਏ, ਮਹਾਰਾਜ ਬੰਦਾ ਕਦੋਂ ਮਾਰਦੇ ਹੋ, ਕੋਈ ਹੋਰ ਚੀਜ਼ ਉੱਤੇ ਪੁਰਖ ਪੁਰਖ ਲਾਓ। ਮਹਾਰਾਜ ਕਹਿੰਦੇ ਵੀ ਇੰਨਾ ਡਰ ਲੱਗਦਾ ਕਿ ਸਾਡੇ ਸਿੱਖ ਉਹ ਸਾਹਮਣੇ ਖੜੇ ਹੈ, ਜਾਂ ਉਹਨਾਂ ਨੂੰ ਇੰਨਾ ਹੀ ਆ ਕੇ ਕਹਿੰਦੇ ਵੀ ਗੁਰੂ ਨੇ ਅੱਜ ਇੱਕ ਬੰਦੂਕ ਪਰਖਣੀ ਹੈ, ਕੋਈ ਸਿੱਖ ਇੱਕ ਆਏ, ਦੋ ਸਿੱਖ ਪਿਓ ਪੁੱਤ ਦਸਤਾਰ ਬੰਨ ਰਹੇ, ਦੋ ਸਿੱਖ ਪਿਓ ਪੁੱਤ ਦਸਤਾਰ ਬੰਨ ਰਹੇ ਹੈ, ਸਤਿਗੁਰੂ ਦਾ ਹੁਕਮ ਅਜਿਹਾ, ਕੋਈ ਸਿੱਖ ਚਾਹੀਦਾ ਹੈ, ਬੰਦੂਕ ਦਾ ਨਿਸ਼ਾਨਾ ਗੁਰੂ ਨੇ ਪਰਖਣਾ ਹੈ। ਦਸਤਾਰ ਭੁੱਲ ਗਈ, ਦੋਨੋਂ ਹੀ ਦੌੜੇ ਇੱਥੋਂ, ਇੰਨੀ ਤੇਜ਼ ਦੌੜੇ। ਪਿਓ ਕਹਿੰਦਾ ਪੁੱਤ ਨੂੰ ਤੂੰ ਪਛਾਓ, ਪੁੱਤ ਕਹਿੰਦਾ ਪਿਓ ਨੂੰ ਤੂੰ ਪਛਾਓ, ਦੋਨੋਂ ਸਿੱਖ ਇੱਕ ਦੂਜੇ ਨੂੰ ਪਛਾਣ ਕਰਦੇ ਆ, ਮੂਹਰੇ ਖੜ ਗਏ, ਅਗਲਾ ਦੂਜੇ ਨੂੰ ਖਿੱਚਦਾ, ਦੂਜਾ ਦੂਜੇ ਨੂੰ ਖਿੱਚਦਾ। ਨਹੀਂ ਸਤਿਗੁਰੂ ਮੇਰੀ ਛਾਤੀ ਤੇ ਨਿਸ਼ਾਨਾ ਪਰਖੋ, ਨਹੀਂ ਸਤਿਗੁਰੂ ਮੇਰੀ ਛਾਤੀ ਤੇ ਨਿਸ਼ਾਨਾ ਪਰਖੋ। ਮੈਂ ਕਈ ਵਾਰ ਬੇਨਤੀ ਕਰਿਆ ਕਰਦਾ, ਉਦੋਂ ਕੁਰਬਾਨੀਆਂ ਦਾ ਦੌਰ ਸੀ, ਕੁਰਬਾਨੀ ਦੇਣ ਦਾ ਦੌਰ ਸੀ, ਅੱਜ ਕੁਰਬਾਨੀ ਲੈਣ ਦਾ ਦੌਰ ਹੈ। ਉਦੋਂ ਸਿੱਖ ਕਹਿੰਦੇ ਸੀ ਸਤਿਗੁਰੂ ਤੈਤੋਂ ਕੁਰਬਾਨ ਹੋਈਏ ਅਸੀਂ ਸਦਕੇ, ਅੱਜ ਦੇ ਸਿੱਖ ਕਹਿੰਦੇ ਸਤਿਗੁਰੂ ਤੂੰ ਸਾਤੋਂ ਕੁਰਬਾਨ ਹੋਈ ਜਾ, ਅਸੀਂ ਨਹੀਂ ਕੁਰਬਾਨ ਕਰਵਾਉਣ ਤੈਤੋਂ ਆਉਣਾ। ਅੱਜ ਦੇ ਨੇਤਾ ਚੰਡੀਗੜ੍ਹ ਬਹਿ ਕੇ ਰੌਲਾ ਪਾਉਣ ਵਾਲੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਕਿੰਨੀਆਂ ਕੁ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ, ਕਿੰਨਾ ਕੁ ਜਾ ਕੇ ਉਹਨਾਂ ਨੇ ਆਪਣਾ ਸੀਸ ਲਾ ਦਿੱਤਾ। ਸਾਡੇ ਵਰਗੇ ਗਰੀਬੜੇ ਸਿੱਖ ਹੀ ਸਾਹਮਣੇ ਗਏ ਜਿਨ੍ਹਾਂ ਨੇ ਡਾਂਗਾਂ ਖਾਧੀਆਂ, ਸੋਟੇ ਖਾਧੇ, ਲਹੂ ਲੁਹਾਣ ਹੋਏ, ਜਾਂ ਕਈ ਮਾਰੇ ਮੌਕੇ ਗਏ, ਖਤਮ ਹੋ ਗਏ। ਕੇਵਲ ਇਸ ਵਾਸਤੇ ਵੀ ਅਸੀਂ ਸਤਿਗੁਰੂ ਦੀ ਬੇਅਦਬੀ ਨਹੀਂ ਵੇਖ ਸਕਦੇ। ਇਸ ਕਰਕੇ ਮੈਂ ਕਿਹਾ ਨਾ ਵੀ ਉਸ ਟਾਈਮ ਕੁਰਬਾਨੀ ਦੇਣ ਦਾ ਦੌਰ ਸੀ, ਅੱਜ ਸਾਡੇ ਲੋਕ ਕਹਿੰਦੇ ਵੀ ਕੁਰਬਾਨੀ ਲੈਣੀ ਹੈ, ਦੇਣੀ ਨਹੀਂ। ਆਪਾਂ ਕਹਿੰਦੇ ਮਹਾਰਾਜ ਸਾਡੀ ਸ਼ਾਦੀ ਉੱਤੇ ਪਰਖੋ, ਗੁਰੂ ਸਾਹਿਬ ਨੇ ਤਾਂ ਨੂੰ ਹਵਾਈ ਫੈਰੀ ਕਰ ਦਿੱਤਾ। ਕਹਿੰਦੇ ਨਹੀਂ ਗੁਰੂ ਦਿਓ ਪਿਆਰਿਓ, ਅਸੀਂ ਤਾਂ ਕੇਵਲ ਡੱਲੇ ਦੀਆਂ ਅੱਖਾਂ ਹੀ ਖੋਲਣੀਆਂ ਸੀ। ਵੀ ਡੱਲਿਆ ਜਿਹੜੇ ਟਾਈਮ 'ਚੋਂ ਤੂੰ ਲੰਘ ਰਿਹਾ ਨਾ, ਇਹ ਟਾਈਮ ਤੇਰਾ ਹੰਕਾਰ ਦਾ ਹੈ, ਅਤੇ ਯਾਦ ਰੱਖਿਓ ਹੰਕਾਰ ਕਦੇ ਕਿਸੇ ਨੂੰ ਤਾਰਦਾ ਨਹੀਂ ਹੁੰਦਾ, ਹੰਕਾਰ ਹਮੇਸ਼ਾ ਬੰਦੇ ਨੂੰ ਡੋਬਦਾ ਹੈ। ਅਤੇ ਜਦੋਂ ਤੱਕ ਸਾਡੇ ਵਿੱਚ ਅਜੇ ਉਹ ਨਕਲੀ ਡੱਲੇ ਨੇ, ਅਸੀਂ ਡੁੱਬਾਂਗੇ। ਜਿਸ ਦਿਨ ਅਸਲ ਡੱਲਾ ਆ ਗਿਆ ਨਾ, ਜਦੋਂ ਉਹਨੇ ਚਰਨ ਪਕੜ ਕੇ ਕਿਹਾ ਸੀ ਬਾਪੂ ਥੋੜ੍ਹੀ ਜਿਹੀ ਪੀੜ੍ਹੀ ਜਿੰਨੀ ਜਗ੍ਹਾ ਦੇ ਦਿਓ ਚਰਨਾਂ 'ਚ, ਅਤੇ ਮਾਲਕ ਨੇ ਕਿਹਾ ਸੀ ਉਸ ਸ਼ਰਤ ਵਿੱਚੋਂ ਲੰਘ ਜਿਹੜੀ ਸ਼ਰਤ ਲਾਈ ਹੈ।
ਖੰਡੇ ਕੀ ਪਹੁਲ ਸ਼ਕੀ ਡੱਲੇ ਨੇ, ਭਾਈ ਡੱਲਾ ਸਿੰਘ ਬਣਿਆ, ਗੁਰੂ ਕਾ ਖਾਲਸਾ ਬਣਿਆ। ਉਹ ਕੁਰਬਾਨੀਆਂ ਕਰਨ ਵਾਲੇ ਦੌਰ ਦੇ ਵਿੱਚੋਂ ਇੱਦਾਂ ਦੇ ਅਨੇਕਾਂ ਸਿੱਖ ਪੈਦਾ ਹੋਏ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਕੀ ਕਹਿੰਦੇ, ਰਾਤੀ ਰੁੱਤੀ ਜਿੱਤੀ ਵਾਰ, ਪਵਨ ਪਾਣੀ ਅਗਨੀ ਪਤਾਲ, ਤਿਸ ਵੇ ਧਰਤੀ ਥਾਪ ਰੱਖੀ ਧਰਮਸ਼ਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਣ ਪੰਚ ਪ੍ਰਵਾਨ। ਰੱਬ ਦੇ ਘਰ ਦੇ ਵਿੱਚ ਕਿਹੜੇ ਪ੍ਰਵਾਨ ਚੜ੍ਹਦੇ ਆ? ਜਿਹੜੇ ਦਿਲੋਂ ਜੁੜੇ ਹੁੰਦੇ ਨੇ। ਤਿੱਥੇ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਰੱਬ ਦੀ ਨਿਗਾਹ ਦਾ ਨਿਸ਼ਾਨ ਜਿਨ੍ਹਾਂ ਦੇ ਮੱਥੇ ਤੇ ਲੱਗ ਜਾਂਦਾ, ਭਾਵ ਜਿਨ੍ਹਾਂ ਦੀ ਸੋਚ ਚੰਗੀ ਹੋ ਜਾਂਦੀ ਹੈ। ਤਿੱਥੇ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਦੋ ਪੌੜੀਆਂ ਖਾਸ ਧਿਆਨ, ਦੋ ਪੰਕਤੀਆਂ ਧਿਆਨ ਦੇਣ ਵਾਲੀਆਂ ਨੇ, ਕੱਚ ਪਕਾਈ ਉੱਥੇ ਪਾਏ। ਇਹ ਸਾਨੂੰ ਸਮਝਾ ਰਹੇ ਗੁਰੂ। ਅਸੀਂ ਕੀ ਕਹਿੰਦੇ ਹਾਂ? ਉਹ ਜਿਹੜਾ ਬੰਦਾ ਜਾ ਰਿਹਾ ਬੜਾ ਭੈੜਾ, ਉਹ ਬੰਦਾ ਬੜਾ ਚੰਗਾ। ਜਿਹੜਾ ਸਾਡੀ ਖੁਸ਼ਾਮਦ ਕਰੇਗਾ ਅਸੀਂ ਕਹਾਂਗੇ ਇਹਨੂੰ 100 ਨੰਬਰ ਦੇ ਦਿਓ, ਜਿਹੜਾ ਨਹੀਂ ਕਰਦਾ ਇਹਨੂੰ 0 ਮਾਰਕਸ ਦੇ ਦਿਓ। ਇਹ ਅਸੀਂ ਪਹਿਚਾਣ ਕਰਦੇ ਨਾ ਵੀ ਉਹ ਬੰਦਾ ਬੜਾ ਚੰਗਾ, ਉਹ ਬੰਦਾ ਬੜਾ ਮਾੜਾ, ਉਹ ਬੰਦਾ ਬੜਾ ਵਧੀਆ, ਉਹ ਬੰਦਾ ਬੜਾ ਭੈੜਾ। ਗੁਰਬਾਣੀ ਨੇ ਪਤਾ ਕੀ ਕਿਹਾ? ਠੀਕ ਹੈ ਸਾਡੀ ਨਿਗਾਹ ਅਸੀਂ ਤਕਾਜੇ ਆਪਣੇ ਲਾਉਂਦੇ। ਗੁਰਬਾਣੀ ਕਹਿੰਦੀ ਹੈ ਕੱਚ ਪਕਾਈ ਉੱਥੇ ਪਾਏ, ਕੌਣ ਕੱਚਾ ਕੌਣ ਪੱਕਾ, ਕੌਣ ਚੰਗਾ ਕੌਣ ਮਾੜਾ, ਇਹਦਾ ਫੈਸਲਾ ਰੱਬ ਕਰਦਾ ਹੈ, ਬੰਦਾ ਨਹੀਂ ਕਰ ਸਕਦਾ। ਬੰਦਾ ਕੀ ਫੈਸਲਾ ਕਰੇਗਾ? ਬੰਦੇ ਕੋਲ ਨਾ ਅੱਖੀ ਨਹੀਂ ਇੱਡੀ ਵੱਡੀ। ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪਿਆ ਜਾਏ। ਜਦੋਂ ਅਸੀਂ ਉਸ ਅਵਸਥਾ 'ਚ ਪਹੁੰਚ ਜਾਂਦੇ ਹਾਂ ਨਾ ਜਿੱਥੇ ਸਾਨੂੰ ਰੱਬ ਸਾਕਸ਼ਾਤ ਬੈਠਾ ਹੋਇਆ ਨਜ਼ਰ ਆਉਂਦਾ, ਫਿਰ ਪਤਾ ਲੱਗਦਾ ਵੀ ਕੌਣ ਕੱਚਾ ਕੌਣ ਪੱਕਾ ਹੈ। ਤਾਂ ਗੱਲ ਦਾ ਪਤਾ ਤਾਂ ਰੱਬ ਦੀ ਹਜ਼ੂਰੀ ਵਿੱਚ ਸਾਕਸ਼ਾਤ ਬੈਠਿਆਂ ਪਤਾ ਲੱਗਦਾ, ਉਦਾਂ ਪਤਾ ਨਹੀਂ ਲੱਗਦਾ ਹੈ। ਪਰ ਇਹ ਉਹਨਾਂ ਨੂੰ ਲੱਗਦਾ ਹੈ ਜਿਹੜੇ ਗੁਰੂ ਦੇ ਕੋਲ ਆ ਕੇ ਕਹਿੰਦੇ ਮਾਲਕ ਤੇਰਾ ਪਿਆਰ ਹੀ ਚਾਹੀਦਾ ਹੈ। ਅੱਜ ਇੱਕ ਕਨੌਜ ਦਾ ਆਇਆ ਸਿੱਖ ਕਹਿ ਕੇ ਸਮਾਪਤੀ ਬਤਾ, ਕਿਉਂਕਿ ਟਾਈਮ ਕਾਫੀ ਹੋ ਗਿਆ। ਕਨੌਜ ਦਾ ਇੱਕ ਸਿੱਖ ਆਇਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ 'ਚ, ਖੱਚਾ ਅੱਖਾਂ 'ਚ ਭਰਿਆ ਦੀਵਾਨ ਕਲਗੀਆਂ ਵਾਲੇ ਦਾ। ਉਸ ਸਿੱਖ ਨੇ ਇੱਕ ਗੁਲਾਬ ਦਾ ਫੁੱਲ ਰੱਖਿਆ ਗੁਰੂ ਸਾਹਿਬ ਦੇ ਚਰਨਾਂ 'ਚ। ਸਤਿਗੁਰ ਕਹਿੰਦੇ ਵੀ ਪਹਿਲਾਂ ਕਦੇ ਨਹੀਂ ਦਿਸੇ ਕੌਣ ਉਹ ਕਿੱਥੋਂ ਆਏ। ਉਹ ਕਹਿੰਦਾ ਮਹਾਰਾਜ ਮੈਂ ਕਨੌਜ ਤੋਂ ਆਇਆ, ਬੜੀ ਦੂਰੋਂ ਆਇਆ। ਗੁਰੂ ਸਾਹਿਬ ਨੇ ਪਿਆਰ ਨਾਲ ਆਖਿਆ ਵੀ ਭਾਈ ਤੁਸੀਂ ਆ ਗਏ ਹੋ, ਇੰਨਾ ਹੀ ਬਹੁਤ ਸੀ, ਇੰਨੀ ਦੂਰੋਂ ਚੱਲ ਕੇ ਆਏ ਹੋ, ਤੇ ਆਹ ਫੁੱਲ ਲਿਆਉਣ ਦੀ ਕੀ ਜ਼ਰੂਰਤ ਸੀ? ਤੇ ਉਹਨੇ ਅੱਗੋਂ ਜਵਾਬ ਦਿੱਤਾ ਕਲਗੀਆਂ ਵਾਲਿਆ, ਮੇਰੇ ਬਜ਼ੁਰਗ ਕਹਿੰਦੇ ਨੇ ਜੇ ਅਲਾਹੀ ਨੂਰ ਦੇ ਦੀਦਾਰ ਨੂੰ ਜਾਣਾ ਹੋਵੇ ਤੇ ਬੰਦੇ ਦੇ ਹੱਥ ਖਾਲੀ ਨਹੀਂ ਹੋਣੇ ਚਾਹੀਦੇ। ਤੇ ਮੇਰੇ ਬਾਪੂ ਨੇ ਕਿਤਾਬ ਨੂੰ ਕੀ ਕਿਹਾ ਸੀ? ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ, ਜਿੰਨ ਮਨ ਹੋਰ ਮੁੱਖ ਹੋਰ ਤੇ ਕਾਂਢੇ ਕੱਚਿਆ ਰੱਤੇ, ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ, ਜਿਨ ਨਾਮ ਤੇ ਭੋਏ ਭਾਰ ਥੀਏ। ਸਤਿਗੁਰੂ ਨੇ ਕਿਹਾ ਬੜੀ ਦੂਰੋਂ ਆਏ ਹੋ, ਗੁਲਾਬ ਦਾ ਫੁੱਲ ਲਿਆਉਣ ਦੀ ਲੋੜ ਨਹੀਂ ਸੀ। ਉਹ ਕਹਿੰਦੇ ਨਹੀਂ, ਮੇਰੇ ਬਜ਼ੁਰਗ ਕਹਿੰਦੇ ਨੇ ਇਲਾਹੀ ਨੂਰ ਦੇ ਦੀਦਾਰ ਕਰਨ ਜਾਣਾ ਹੋਵੇ ਤੇ ਹੱਥ ਖਾਲੀ ਨਹੀਂ ਚਾਹੀਦੇ। ਸਤਿਗੁਰ ਨੇ ਉੱਚੀ ਆਵਾਜ਼ ਵਿੱਚ ਆਖਿਆ ਸੀ ਗੁਰੂ ਦਿਆ ਲਾਲਾ ਗੁਰੂ ਦਿਆ ਪਿਆਰਿਆ, ਸ਼ਰਮ ਉਦੋਂ ਆਉਂਦੀ ਹੈ ਜਦੋਂ ਹੱਥ ਭਰੇ ਹੋਣ ਤਾਂ ਦਿਲ ਖਾਲੀ ਹੋਵੇ। ਦਿਲ ਖਾਲੀ ਨਹੀਂ ਹੋਣਾ ਚਾਹੀਦਾ, ਤੇ ਜਦੋਂ ਵੀ ਗੁਰੂ ਦੇ ਕੋਲ ਜਾਓ ਦਿਲ ਭਰ ਕੇ ਜਾਓ। ਦਿਲ ਵਿੱਚ ਕੀ ਹੋਣਾ ਚਾਹੀਦਾ? ਦਿਲ 'ਚ ਪਿਆਰ, ਦਿਲ 'ਚ ਸ਼ਰਧਾ, ਦਿਲ 'ਚ ਇਤਫਾਕ, ਦਿਲ 'ਚ ਹਰੀਮੀ, ਦਿਲ 'ਚ ਗਰੀਬੀ ਤੇ ਝੋਲੀ ਅੱਡ ਕੇ ਜਾਓ ਗੁਰੂ ਦੇ ਕੋਲ। ਸਤਿਗੁਰੂ ਇਹ ਝੋਲੀ ਖਾਲੀ ਹੈ, ਭਰ ਕੇ ਤੇਥੋਂ ਲੈ ਕੇ ਜਾਣੀ ਹੈ। ਗੁਰਬਾਣੀ ਦਾ ਇੱਕ ਸ਼ਬਦ ਹੁੰਦਾ ਹੈ ਢੀਠ ਹੋਏ ਮੰਗੋ। ਕਹਿੰਦੇ ਗੁਰੂ ਦੇ ਕੋਲ ਮੰਗਣਾ ਹੋਵੇ ਨਾ ਤੇ ਢੀਠ ਹੋ ਜਾਓ, ਕਹੋ ਨਹੀਂ ਅਸੀਂ ਜਾਣਾ ਨਹੀਂ ਤੈਨੂੰ ਛੱਡ ਕੇ ਕਿਤੇ ਆਸੇ ਪਾਸੇ। ਸਮਾਂ ਸਫਲ ਹੈ ਜਿਹੜਾ ਸਮਾਂ ਗੁਰੂ ਦੀ ਗੋਦ ਵਿੱਚ ਬਹਿ ਕੇ ਲੰਘਿਆ। ਪਰ ਪਿਆਰਿਓ ਅਖੀਰ 'ਚ ਬੇਨਤੀ ਕਰ ਦੇਵਾਂ, ਨਵੇਂ ਸਾਲ ਆਉਂਦੇ ਰਹਿਣੇ ਹੈ, ਜਾਂਦੇ ਰਹਿਣੇ। ਅਸੀਂ ਐਵਰੇਜ ਇਹ ਪਿਛਲੇ ਸਾਲ ਦੀ ਕੱਢੀ ਹੈ, ਕੱਲ੍ਹ ਬੈਠਿਆਂ ਸਾਰਿਆਂ ਨੇ ਕੱਢੀ ਹੋਣੀ ਵੀ ਪਿਛਲੇ ਸਾਲ 'ਚ ਅਸੀਂ ਕੀ ਕਮਾਇਆ।
ਅਸੀਂ ਕਿੰਨੀਆਂ ਕੋਠੀਆਂ ਬਣਾਈਆਂ, ਕਿੰਨੇ ਪਲਾਟ ਲਏ, ਕਿੰਨੀਆਂ ਗੱਡੀਆਂ, ਕਿੰਨੇ ਟਰੱਕ ਬਣਾਏ, ਕਿੰਨਾ ਬਿਜ਼ਨਸ ਵੱਡਾ ਹੋਇਆ, ਕਿੰਨੇ ਢਾਬੇ ਖੋਲ੍ਹੇ ਅਤੇ ਕਿੰਨੇ ਸਟੋਰ ਬਣਾਏ। ਇਸ ਹਰ ਇੱਕ ਬੰਦੇ ਦੀ ਸੋਚ ਹੈ, ਹੋਣਾ ਚਾਹੀਦਾ, ਬਹੁਤ ਵਧੀਆ। ਸਤਿਗੁਰੂ ਕਿਰਪਾ ਕਰੇ ਅਸੀਂ ਤਰੱਕੀਆਂ ਕਰੀਏ, ਰਾਤ ਦਿਨ ਦੁੱਗਣੀ ਰਾਤ ਚੌਗਣੀ ਸਾਡੀ ਤਰੱਕੀ ਹੋਵੇ, ਦੁਨੀਆਂ ਦੇ ਹਰ ਕੋਨੇ 'ਚ ਸਿੱਖ ਦਾ ਨਾਮ ਉੱਚਾ ਹੋਵੇ। ਵਾਹਿਗੁਰੂ ਕਰੇ, ਮੇਰੇ ਦਿਲੋਂ ਆਸ ਵੀ ਹੈ, ਤਮੰਨਾ ਵੀ ਹੈ, ਅਰਦਾਸ ਵੀ ਹੈ, ਤੁਹਾਡੇ ਘਰਾਂ 'ਚ ਖੁਸ਼ੀਆਂ ਹੋਣ। ਪਰ ਇੱਕ ਹੋਰ ਵੀ ਕੱਢਿਆ ਕਰੋ ਐਵਰੇਜ, ਵੀ ਇਹ ਜਿਹੜਾ ਸਾਲ ਆਇਆ ਨਾ, ਅਸੀਂ ਇਹਦੇ ਵਿੱਚ ਗੁਰੂ ਦੀ ਕਿੰਨੀ ਸਿੱਖੀ ਕਮਾਈ, ਇਹ 'ਚ ਗੁਰੂ ਦੀ ਕਿੰਨੀ ਭਾਵਨਾ ਇਕੱਠੀ ਕੀਤੀ, ਗੁਰੂ ਦੀ ਕਿੰਨੀ ਕੁ ਸ਼ਰਧਾ ਕਮਾਈ, ਅਸੀਂ ਕਿੰਨਾ ਕੁ ਸਿੱਖ ਕੌਮ ਦੇ ਵਾਸਤੇ ਆਪਣਾ ਤਨ ਮਨ ਧਨ ਲਾਇਆ, ਅਸੀਂ ਕਿੰਨੇ ਕੁ ਗੁਰੂ ਦੀਆਂ ਗੱਲਾਂ ਕਮਾਈਆਂ। ਇਹ ਵੀ ਐਵਰੇਜ ਅਸੀਂ ਕੱਢਣੀ ਹੈ, ਕਿਉਂਕਿ ਜਿਨ ਕਾ ਦਿਨ ਮਨਾਤੇ ਹੋ ਤਿਨ ਕੀ ਬਾਤ ਵੀ ਸਮਝੋ। ਜਦੋਂ ਗੁਰੂ ਦੇ ਕੋਲ ਆਉਂਦੇ ਹਾਂ ਤੇ ਗੁਰੂ ਦੀਆਂ ਬਾਤਾਂ ਪੱਲੇ ਬਣ ਕੇ ਲੈ ਕੇ ਜਾਣੀਆਂ ਸਾਡੇ ਸਾਰਿਆਂ ਦਾ ਫਰਜ਼ ਹੁੰਦਾ। ਵਿਦਵਾਨ ਸੱਜਣ ਕਹਿੰਦਾ ਹੈ, ਉਹ ਕਹਿੰਦਾ, ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਮੈਂ ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਰੱਖ ਸਕੀ ਰੋਕ ਅਟਕ ਜੋ ਪਾਈ ਭੰਨੀ। ਇਹਦਾ ਮਤਲਬ ਹੈ ਵੀ ਸਮਾਂ ਜਿਹੜਾ ਨਾ, ਸਾਰੀ ਹੱਦ ਬੰਨੇ ਤੋੜ ਦਿੰਦਾ, ਜਿਵੇਂ ਮਰਜ਼ੀ ਭਾਵੇਂ ਤੁਸੀਂ ਹੱਦ ਬੰਨੇ ਲਾ ਲਓ। ਮੈਂ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਮੈਂ ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ, ਬਚਪਨਾ ਜਵਾਨੀ ਬੁਢੇਪਾ ਸਭ ਆ ਗਿਆ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਤਰੀਕੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਅਖੀਰ ਚ ਕਹਿੰਦਾ, ਹੋ ਸੰਭਲ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡੰਦਾ ਜਾਮਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਸੋਰਾ ਲੰਘ ਗਿਆ, ਵਾਪਸ ਨਹੀਂ ਆਉਣਾ, ਹੁਣ ਸਤਾਰਾਂ ਲੰਘਣਾ ਤੇ ਉਹ ਵੀ ਵਾਪਸ ਨਹੀਂ ਆਉਣਾ। ਤੇ ਕੀ ਚੀਜ਼ ਹੈ ਜਿਹੜੀ ਅਸੀਂ ਕਮਾਉਣੀ ਹੈ ਸਤਿਗੁਰੂ ਦੇ ਕੋਲ ਬਹਿ ਕੇ? ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ। ਉੱਚੀ ਬੋਲਿਓ ਮੇਰੇ ਨਾਲ ਇੱਕ ਵਾਰੀ, ਨਾਨਕ ਬੇੜੀ ਸੱਚ ਕੀ ਤਰੀਐ ਗੁਰੂ ਵਿਚਾਰ। ਕਿਹਦੇ ਨਾਲ ਆਪਾਂ ਤਰਨਾ? ਗੁਰੂ ਦੀ ਵਿਚਾਰ ਨਾਲ। ਸੋ ਇਹਦਾ ਮਤਲਬ ਇਹ ਵੀ ਕਥਾ ਕੀਤੀ ਤੇ ਮੈਂ ਡੋਲਰ ਇਕੱਠੇ ਕਰਕੇ ਚਲਾ ਗਿਆ ਤੇ ਤੁਸੀਂ ਲੰਗਰ ਖਾ ਕੇ ਚਲੇ ਗਏ। ਮੈਸੇਜ ਜ਼ਰੂਰ ਲੈ ਕੇ ਜਾਇਓ। ਮੈਸੇਜ ਇਹ ਅੱਜ ਦਾ ਕਿ ਜਿੱਥੋਂ ਤੱਕ ਹੋ ਸਕੇ ਆਪਣੇ ਘਰਾਂ ਦੇ ਵਿੱਚ ਸਹਿਜ ਪਾਠ ਆਰੰਭ ਕਰੋ। ਜਿੱਥੋਂ ਤੱਕ ਹੋ ਸਕੇ ਇੱਕ ਸ਼ਬਦ ਪੜ੍ਹ ਸਕਦੇ ਹੋ, ਦੋ ਪੜ੍ਹ ਸਕਦੇ ਹੋ, ਚਾਰ ਪੜ੍ਹ ਸਕਦੇ ਹੋ, ਇੱਕ ਅੰਗ ਦੋ ਚਾਰ ਪੰਜ ਜਿਹੜੇ ਪੜ੍ਹ ਸਕਦੇ ਹੋ, ਆਪ ਪੜ੍ਹਨਾ ਸ਼ੁਰੂ ਕਰੋ। ਬੇੜੀ ਸੱਚ ਕੀ ਤਿਆਰ ਕਰੋ, ਵਿਚਾਰ ਨਾਲ ਤਰਨਾ ਸਿੱਖੋ। ਜਿੰਨਾ ਕੁ ਪੜ੍ਹਦੇ ਹੋ, ਅੱਜ ਗੂਗਲ ਦੇ ਉੱਤੇ ਪ੍ਰੋਫੈਸਰ ਸਾਹਿਬ ਸਿੰਘ ਜਾਂ ਹਰਭਜਨ ਸਿੰਘ ਜਾਂ ਹਰਬੰਸ ਸਿੰਘ ਆਦਿਕ ਵਿਦਵਾਨਾਂ ਦੇ ਬਹੁਤ ਟੀਕੇ ਪਏ ਹੈ, ਤੁਸੀਂ ਖੋਜੋ ਪੜ੍ਹੋ। ਰੋਜ਼ ਇੱਕ ਸ਼ਬਦ ਦੀ ਜ਼ਰੂਰ ਵਿਆਖਿਆ ਪੜ੍ਹਿਆ ਕਰੋ ਰੋਜ਼ਾਨਾ। ਹੌਲੀ ਹੌਲੀ ਜਿਉਂ ਜਿਉਂ ਤੁਸੀਂ ਕੰਟੀਨਿਊਜ਼ ਪਾਠ ਕਰੋਗੇ, ਤੁਹਾਨੂੰ ਖੁਦ ਨੂੰ ਚੰਗਾ ਲੱਗਣਾ ਸ਼ੁਰੂ ਹੋ ਜਾਏਗਾ, ਵਿਚਾਰ ਤੁਹਾਨੂੰ ਆਏਗੀ। ਫਿਰ ਜਿਉਂ ਤੁਸੀਂ ਸਹਿਜ ਪਾਠ ਰੱਖਦੇ ਹੋ, ਨਾਲ ਆਪਣੀ ਇੱਕ ਡਾਇਰੀ ਲਾਓ। ਇੱਕ ਦਿਨ ਮੈਂ ਬੇਨਤੀ ਵੀ ਕੀਤੀ ਸੀ ਕਬੀਰ ਨੇ, ਕਿਹਾ ਵੀ ਅਸੀਂ ਪਾਠ ਕਰ ਰਹੇ ਹਾਂ, ਮੈਂ ਉਹਨੂੰ ਕਿਹਾ ਸੀ ਕਿ ਨਾਲ ਡਾਇਰੀ ਜ਼ਰੂਰ ਲਾਓ। ਤੁਹਾਨੂੰ ਕਈ ਵਾਰ ਇੱਦਾਂ ਹੁੰਦਾ ਵੀ ਕੋਈ ਸ਼ਬਦ ਆ ਰਿਹਾ, ਉਹਨੇ ਸਾਡੇ ਦਿਲ ਨੂੰ ਬੜੀ ਖਿੱਚ ਪਾਈ, ਨਾਲ ਹੀ ਲਿਖ ਲਿਆ ਡਾਇਰੀ 'ਤੇ ਵੀ ਆਹ ਸ਼ਬਦ ਹੈ ਅਤੇ ਆਹ ਇੰਨੇ ਅੰਗ ਦੇ ਉੱਤੇ ਅਤੇ ਇਸ ਗੁਰੂ ਦਾ, ਉਹਨੂੰ ਯਾਦ ਕਰੋ, ਕੰਟ ਕਰੋ। ਫਿਰ ਕੀ ਹੋਵੇਗਾ, ਮੈਂ ਪਿੱਛੇ ਸੈਟਲ ਇੱਕ ਬੇਨਤੀ ਕਰਕੇ ਆਇਆ, ਇੱਕ ਮੇਰਾ ਦੋਸਤ ਹੈ ਮੁਹੰਮਦ, ਉਹਨੂੰ ਮੈਂ ਮੁਹੰਮਦ ਸਾਹਿਬ ਬੜੇ ਪਿਆਰ ਨਾਲ ਕਿਹਾ ਕਰਦਾ ਹੈ, ਸਿੱਖੀ ਬਾਰੇ ਉਹਨੂੰ ਬਹੁਤ ਨੌਲੇਜ ਹੈ ਅਤੇ ਬਹੁਤ ਰਿਸਪੈਕਟਡ ਬੰਦਾ ਹੈ। ਉਹ ਜਦੋਂ ਮੇਰੇ ਕੋਲ ਇੱਕ ਦਿਨ ਬੈਠਾ ਸੀ, ਕੁਦਰਤੀ ਆਪਣੇ ਧਰਮ ਦੀ ਗੱਲ ਕਹਿੰਦਾ ਕਹਿੰਦਾ ਇਹ ਗੱਲ ਕਰ ਗਿਆ, ਉਹ ਕਹਿੰਦਾ ਵੀ ਅਸੀਂ ਹਾਫਿਜ਼ ਤਿਆਰ ਕਰਦੇ ਹਾਂ। ਹਾਫਿਜ਼, ਮੈਨੂੰ ਪੁੱਛਿਆ ਵੀ ਉਹ ਕੀ ਹੁੰਦਾ ਹੈ, ਉਹਨੇ ਉਹਦੀ ਵਿਆਖਿਆ ਕੀਤੀ, ਉਹ ਕਹਿੰਦਾ ਹਾਫਿਜ਼ ਜਿਹਨੂੰ ਸਾਰੀ ਕੁਰਾਨ ਸ਼ਰੀਫ ਯਾਦ ਹੁੰਦੀ ਹੈ ਜ਼ੁਬਾਨੀ। ਮੈਂ ਕਿਹਾ ਵੀ ਕਿਉਂ ਤਿਆਰ ਕਰਦੇ? ਉਹ ਕਹਿੰਦਾ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਕੁਛ ਨਾ ਰਹੇ, ਪਰ ਜੋ ਇੱਥੇ ਹੈ ਨਾ ਉਹ ਤਾਂ ਰਹੇਗਾ, ਜੋ ਇੱਥੇ ਉਹ ਤਾਂ ਰਹੇਗਾ। ਉਹ ਕਹਿੰਦੇ ਅਸੀਂ ਤਾਂ ਤਿਆਰ ਕਰਦੇ ਹਾਂ ਵੀ ਹਰ ਧਰਮ ਦੇ ਵਿੱਚ ਠੇਕੇਦਾਰ ਗਲਤ ਹੈ,
ਗਲਤ ਪ੍ਰਚਾਰਕ ਪੈਦਾ ਹੋ ਰਹੇ ਨੇ, ਗਲਤ ਪ੍ਰਚਾਰ ਹੋ ਰਿਹਾ ਹੈ। ਉਹ ਕਹਿੰਦੇ ਜਦੋਂ ਸਾਡੇ ਹਾਫਿਜ਼ ਇਹ ਤਾਂ ਸੰਗਤ ਵਿੱਚ ਜਾ ਕੇ ਬਹਿੰਦੇ ਕੋਈ ਕੁਰਾਨ ਸ਼ਰੀਫ ਦੀ ਗਲਤ ਵਿਆਖਿਆ ਕਰ ਰਿਹਾ ਜਾਂ ਆਇਤ ਗਲਤ ਪੜ੍ਹ ਰਿਹਾ, ਉਹ ਖੜਾ ਹੋ ਕੇ ਉਸੇ ਟਾਈਮ ਕਹਿ ਦਿੰਦਾ ਵੀ ਤੂੰ ਗਲਤ ਪੜ੍ਹ ਰਿਹਾ, ਇਹ ਗਲਤ ਕਰ ਰਿਹਾ ਤੂੰ। ਮੈਂ ਤੁਹਾਨੂੰ ਦਿਲੋਂ ਇਹ ਗੱਲ ਕਹਿਣ ਲੱਗਾ, ਅਸੀਂ ਵੀ ਹਾਫਿਜ਼ ਬਣੀਏ, ਸਾਨੂੰ ਵੀ ਗੁਰਬਾਣੀ ਯਾਦ ਹੋਵੇ, ਸਾਨੂੰ ਵੀ ਗੁਰਬਾਣੀ ਕੰਠ ਹੋਵੇ, ਸਾਨੂੰ ਵੀ ਇਤਿਹਾਸ ਯਾਦ ਹੋਵੇ, ਸਾਨੂੰ ਪਤਾ ਹੋਵੇਗਾ ਨਾ ਕੋਈ ਆ ਕੇ ਸਾਨੂੰ ਗਲਤ ਨਹੀਂ ਸੁਣਾਏਗਾ। ਇਸ ਕਰਕੇ ਸਭ ਤੋਂ ਜ਼ਰੂਰੀ ਜੋ ਮੇਰੀ ਬੇਨਤੀ ਹੈ, ਇਹਨੂੰ ਜ਼ਰੂਰ ਸਵੀਕਾਰ ਕਰਿਓ। ਮੈਂ ਆਸ ਕਰਦਾ ਵੀ ਜਿੰਨੇ ਬੈਠੇ ਉਹਨਾਂ ਵਿੱਚੋਂ ਥੋੜ੍ਹੇ ਬਹੁਤੇ ਜਿੰਨੇ ਵੀ ਇਸ ਬੇਨਤੀ ਨੂੰ ਸਵੀਕਾਰ ਕਰਨਗੇ, ਮੈਂ ਭਾਗਾਂ ਵਾਲਾ ਸਮਝਾਂਗਾ ਆਪਣੇ ਆਪ ਨੂੰ। ਗੁਰਬਾਣੀ ਹੌਲੀ ਹੌਲੀ ਪੜ੍ਹਨੀ ਅਤੇ ਗੁਰਬਾਣੀ ਦੀ ਵਿਆਖਿਆ ਜ਼ਰੂਰ ਕਰਨੀ ਸਿੱਖੋ। ਜੇ ਨਹੀਂ ਆਉਂਦੀ ਤਾਂ ਤੁਹਾਡੇ ਕੋਲ ਭਾਈ ਸਾਹਿਬ ਨਹੀਂ ਹੈਗੇ ਇੱਥੇ, ਇਹਨਾਂ ਕੋਲ ਬਹੁਤ ਟਾਈਮ ਹੁੰਦਾ, ਤੁਹਾਨੂੰ ਦੇ ਵੀ ਸਕਦੇ ਹੈ, ਇਹਨਾਂ ਦੇ ਕੋਲ ਵੀ ਤੁਸੀਂ ਸਹਿਯੋਗ ਲੈ ਸਕਦੇ ਹੋ, ਬੜੇ ਸੁਚੱਜੇ ਹੈ। ਸੋ ਸਤਿਗੁਰੂ ਦੇ ਚਰਨਾਂ 'ਚ ਇਹੀ ਬੇਨਤੀ ਕਰਿਆ ਕਰੋ, ਮਹਾਰਾਜ ਸਾਨੂੰ ਨਾਮ ਦਾਨ ਦੇ, ਸੇਵਾ ਭਗਤੀ ਦੇ ਅਤੇ ਆਪਣੀ ਪਾਵਨ ਬਾਣੀ ਦਾ ਪ੍ਰੇਮ ਦੇ। ਅਸੀਂ ਵੱਡਿਆਂ ਭਾਗਾਂ ਵਾਲੇ ਸਭ ਤੋਂ ਜ਼ਿਆਦਾ ਉਸ ਦਿਨ ਬਣਾਂਗੇ। ਸਾਡੇ ਪ੍ਰਿੰਸੀਪਲ ਸਾਹਿਬ ਇਹ ਗੱਲ ਕਿਹਾ ਕਰਦੇ ਸੀ ਵੀ ਸਭ ਤੋਂ ਵੱਡਿਆਂ ਭਾਗਾਂ ਵਾਲਾ ਉਹ ਗੁਰਸਿੱਖ ਹੈ ਜਿਹਨੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਨੇ। ਅਤੇ ਮੈਂ ਉਹਨੂੰ ਪੁੱਛਿਆ ਵੀ ਦਰਸ਼ਨ ਤਾਂ ਆਪਾਂ ਰੋਜ਼ ਕਰਦੇ ਹਾਂ, ਵੀ ਕਈ ਵਾਰ ਤਾਂ ਹਮਾਲਾ ਚੁੱਕ ਕੇ ਵੀ ਕਰ ਲਈਦੇ ਆ ਗੁਰੂ ਦੇ ਦਰਸ਼ਨ, ਦਰਸ਼ਨ ਉਹ ਕਹਿੰਦੇ ਨਹੀਂ ਇਹ ਨਹੀਂ। ਜਿੱਦਣ ਅਸੀਂ ਇੱਕ ਓਅੰਕਾਰ ਤੋਂ ਲੈ ਕੇ ਸਾਰੀ ਪਾਵਨ ਬਾਣੀ ਨੂੰ ਆਪਣੀਆਂ ਅੱਖਾਂ ਰਾਹੀਂ ਕੱਢਿਆ ਪੜ੍ਹਿਆ, ਉਸ ਦਿਨ ਅਸੀਂ ਸੱਚੇ ਦਰਸ਼ਨ ਕਰਾਂਗੇ। ਤੁਸੀਂ ਜ਼ਰੂਰ ਕਰਿਓ ਸੱਚੇ ਦਰਸ਼ਨ ਸਤਿਗੁਰੂ ਦੇ, ਅੱਜ ਤੋਂ ਕੱਲ੍ਹ ਤੋਂ ਪਰਸੋਂ ਤੋਂ ਸ਼ੁਰੂਆਤ ਕਰੋ, ਹੌਲੀ ਹੌਲੀ ਸਤਿਗੁਰੂ ਕਿਰਪਾ ਕਰੇਗਾ, ਰੰਗ ਲਾਏਗਾ। ਇੱਕ ਗੁਰਬਾਣੀ ਦੀ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜੀ। ਸਾਰਿਆਂ ਨੇ ਰਲ ਮਿਲ ਕੇ ਹੁੰਗਾਰਾ ਭਰਨਾ ਹੈ ਅਤੇ ਗੁਰੂ ਦੀਆਂ ਅਸੀਸਾਂ ਲੈਣੀਆਂ ਨੇ ਜੀ। ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ ਤਾਂ ਜੀਵਾ ਨਾਮ। ਸਾਰੇ ਜਪੋ ਜੀ, ਸਾਰੇ ਜਿਵੇਂ ਕੱਢਿਆ ਮੈਂ ਦੇਖ ਰਿਹਾ ਵੀ ਅਜੇ ਮੂੰਹ ਖੁੱਲ੍ਹੇ ਨਹੀਂ ਕਾਫੀ ਸੰਗਤਾਂ ਦੇ, ਕਿਰਪਾ ਕਰੋ ਥੋੜ੍ਹਾ ਜਿਹਾ ਖੁੱਲ੍ਹ ਲਵੋ ਤਾਂ ਕਿ ਅਸੀਂ ਗੱਲਾਂ ਵਾਸਤੇ ਵੀ ਖੋਲ੍ਹਦੇ ਹਾਂ, ਬਾਣੀ ਪੜ੍ਹਨ ਵਾਸਤੇ ਵੀ ਥੋੜ੍ਹਾ ਜਿਹਾ ਖੋਲ੍ਹੀਏ, ਚੰਗਾ ਲੱਗੇਗਾ ਆਪਣੇ ਆਪ ਨੂੰ। ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ ਨਾਨਕ, ਨਾਮ ਮਿਲੇ ਤਾਂ ਜੀਵਾ ਨਾਮ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ, ਨਾਨਕ ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ, ਨਾਨਕ ਨਾਮ ਮਿਲੇ ਤਾਂ ਜੀਵਾ ਨਾਮ ਮਿਲੇ ਤਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕਿਤੋਈ, ਮੈਂ ਨਿਰਗੁਣ ਯਾਰੇ ਕੋਗਣ ਨਾਹੀ, ਆਪੇ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਨਾਨਕ, ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਬਹੁਤ ਬਹੁਤ ਖੁਸ਼ੀ ਹੋਈ ਤੁਹਾਡੇ ਚਰਨਾਂ ਦੇ ਵਿੱਚ ਬੈਠ ਕੇ। ਸਤਿਗੁਰ ਨੇ ਕਿਰਪਾ ਕੀਤੀ ਸੀ, ਇੱਕ ਡੇਢ ਮਹੀਨਾ ਪਹਿਲਾਂ ਵੀ ਤੁਹਾਡੇ ਦਰਸ਼ਨ ਹੋਏ ਸੀ, ਇਸ ਵਾਰ ਵੀ ਹੋ ਗਏ ਨੇ, ਵੱਡਿਆਂ ਭਾਗਾਂ ਵਾਲਾ ਸਮਝਦਾ। ਬਹੁਤ ਧੰਨਵਾਦ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਹੁਤ ਬਹੁਤ ਧੰਨਵਾਦ ਗੁਰੂ ਕੀ ਪਿਆਰੀ ਸਾਧ ਸੰਗਤ ਦਾ।
ਔਰ ਬਹੁਤ ਬਹੁਤ ਧੰਨਵਾਦ ਗੁਰੂ ਕੇ ਸਟਾਫ ਔਰ ਪ੍ਰਬੰਧਕ ਕਮੇਟੀ ਵਾਲੇ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਪ੍ਰਬੰਧਕ ਕਮੇਟੀ ਵਜੋਂ ਨਹੀਂ ਆਪਣੇ ਭਰਾਵਾਂ ਦੀ ਤਰ੍ਹਾਂ ਪਿਆਰ ਕੀਤਾ, ਬਹੁਤ ਰਿਸਪੈਕਟ ਦਿੱਤੀ ਹੈ। ਔਰ ਮੈਂ ਸਾਰੇ ਇਲਾਕੇ ਦੀ ਸਿਰਮ ਦੀ ਸਾਧ ਸੰਗਤ ਦਾ ਬਹੁਤ ਬਹੁਤ ਦਿਲੋਂ ਰਿਣੀ ਹੈ, ਜਿਨ੍ਹਾਂ ਨੇ ਬਹੁਤ ਸਹਿਯੋਗ ਦੇ ਕੇ ਆਪਣੇ ਦਰਸ਼ਨ ਕਰਾਏ ਨੇ। ਸਤਿਗੁਰ ਨੇ ਕਿਰਪਾ ਕੀਤੀ, ਆਸ ਕਰਦਾ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਟਾਈਮ ਲਿਆ ਅਤੇ ਤੁਹਾਡੇ ਦਰਸ਼ਨ ਜ਼ਰੂਰ ਕਰਾਂਗੇ ਜੀ। ਪਿਛਲਾ ਸਾਲ ਸਤਿਗੁਰ ਨੇ ਜਿੱਦਾਂ ਦਾ ਵੀ ਬਤੀਤ ਕਰਾਇਆ, ਸਤਿਗੁਰ ਦਾ ਸ਼ੁਕਰ ਹੈ, ਧੰਨਵਾਦ ਹੈ, ਕਿਉਂਕਿ ਸ਼ੁਕਰ ਹੀ ਕਰਨਾ ਚਾਹੀਦਾ, ਸ਼ੁਕਰ ਵਿੱਚ ਬਹੁਤ ਹੈ। ਆਉਣ ਵਾਲਾ ਟਾਈਮ ਸਤਿਗੁਰ ਦੇ ਚਰਨਾਂ 'ਚ ਬੇਨਤੀ ਹੈ, ਆਪਣੀ ਭਾਣੇ ਵਿੱਚ ਰਹਿ ਕੇ ਗੁਰਸਿੱਖੀ ਵਾਲਾ ਬਤੀਤ ਕਰਨ। ਪਿੱਛੇ ਜੋ ਸਾਡੇ ਔਗਣ ਨੇ ਉਹਨਾਂ ਨੂੰ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਗੁਣਾਂ 'ਚ ਤਬਦੀਲ ਕਰੀਏ, ਇਹੀ ਗੁਰੂ ਦੇ ਕੋਲ ਅਸੀਂ ਮੰਗ ਮੰਗਣੀ ਹੈ, ਗੁਰੂ ਦੇ ਕੋਲੋਂ ਦਾਤ ਮੰਗਣੀ ਹੈ ਜੀ। ਨਾਨਕ ਨਾਮ ਤੇਰੇ ਭਾਣੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ।